ਦੇਸ਼ ਦੁਨੀਆਂ 'ਚ ਵੱਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਜੀ। ਜੀ ਆਇਆਂ ਜੀ, ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਕੀ ਆਮ ਆਦਮੀ ਪਾਰਟੀ ਨੂੰ ਐਕਸਾਈਜ਼ ਮਾਮਲੇ ਦੇ ਵਿੱਚ ਨਾਮਜ਼ਦ ਕਰਤਾ ਗਿਆ? ਕੀ ਆਮ ਆਦਮੀ ਪਾਰਟੀ ਦੇ ਖਜ਼ਾਨਚੀ ਨੂੰ ਲੰਘੇ ਦਿਨਾਂ ਵਿੱਚ ਈਡੀ ਨੇ ਪੁੱਛਗਿੱਛ ਕੀਤਾ? ਕੀ ਅਰਵਿੰਦ ਕੇਜਰੀਵਾਲ ਨੂੰ ਅਗਲੇ ਦਿਨਾਂ ਦੇ ਵਿੱਚ ਕੋਰਟ ਤੋਂ ਸੰਮਨ ਲੈ ਕੇ ਤਲਬ ਕੀਤਾ ਜਾ ਸਕਦਾ? ਔਰ ਸਭ ਤੋਂ ਵੱਡਾ ਇਸ ਵੇਲੇ ਦਾ ਸਵਾਲ ਕਿ ਕੀ ਇਸੇ ਹਫ਼ਤੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਈਡੀ ਕੋਰਟ ਵਿੱਚ ਚਾਰਜਸ਼ੀਟ ਦਾਖਲ ਕਰ ਸਕਦੀ? ਸਵਾਲ ਬਹੁਤ ਅਹਿਮ ਆ। ਤੁਹਾਨੂੰ ਯਾਦ ਹੋਊਗਾ ਜਦੋਂ ਕੇਜਰੀਵਾਲ ਸਾਹਿਬ ਨੂੰ ਸੱਦਿਆ ਗਿਆ ਸੀਗਾ ਈਡੀ ਵੱਲੋਂ ਪਿਛਲੇ ਮਹੀਨੇ ਦੇ ਵਿੱਚ, ਤਾਂ ਉਹਨਾਂ ਨੇ ਉਲਟੇ ਕਈ ਸਵਾਲ ਈਡੀ ਵੱਲ ਵਧਾ ਤੇ ਸੀ ਔਰ ਇਹਨੂੰ ਗੈਰ ਕਾਨੂੰਨੀ ਤੱਕ ਦੱਸਤਾ ਸੀਗਾ। ਲੇਕਿਨ ਜੇਕਰ ਕੇਜਰੀਵਾਲ ਸਾਹਿਬ ਪੇਸ਼ ਨਹੀਂ ਹੋਏ ਤਾਂ ਈਡੀ ਕੋਲ ਕੀ ਪ੍ਰਾਵਧਾਨ ਨੇ, ਉਹਨਾਂ ਕੋਲ ਬਦਲ ਕੀ ਬਚਦੇ ਆ ਕਿ ਜੇ ਸੰਮਨ ਕਰਨ ਦੇ ਬਾਵਜੂਦ ਕੋਈ ਨਾ ਆਵੇ ਤਾਂ ਈਡੀ ਕੀ ਕਰ ਸਕਦੀ ਆ? ਇਹ ਵੀ ਸਵਾਲ ਐਡਰੈਸ ਕਰਦੇ ਆ। ਤੇ ਜੇ ਚਾਰਜਸ਼ੀਟ ਦਾਖਲ ਹੋ ਜਾਂਦੀ ਆਮ ਆਦਮੀ ਪਾਰਟੀ ਦੇ ਖਿਲਾਫ, ਤਾਂ ਕੇਜਰੀਵਾਲ ਸਾਹਿਬ ਬਤੌਰ ਕਨਵੀਨਰ, ਬਤੌਰ ਸੁਪਰੀਮੋ ਈਡੀ ਨੂੰ ਮਨਾ ਕਰ ਸਕਣਗੇ? ਇਹ ਸਵਾਲ ਵੀ ਵੱਡਾ ਹੈ ਔਰ ਇਹਦਾ ਪੰਜਾਬ ਨਾਲ ਕੀ ਸੰਬੰਧ ਹੈ, ਪੰਜਾਬ ਦੀ ਪੋਲੀਟਿਕਸ ਨਾਲ ਕੀ ਸੰਬੰਧ ਹੈ, ਔਰ ਪੰਜਾਬ ਦੇ ਮੁੱਖ ਮੰਤਰੀ ਇਹਦੇ ਵਿੱਚ, ਕਿਉਂਕਿ ਉਹ ਪੰਜਾਬ ਦੇ ਕਨਵੀਨਰ ਨੇ, ਪੰਜਾਬ ਦੇ ਪ੍ਰਧਾਨ ਨੇ, ਕੀ ਇਸ ਜੱਦ ਵਿੱਚ ਤਾਂ ਨਹੀਂ ਹੋਣਗੇ? ਸਵਾਲ ਅਹਿਮ ਨੇ ਔਰ ਇਹ ਅਹਿਮ ਸਵਾਲ ਨੂੰ ਐਡਰੈਸ ਕਰਨ ਦੇ ਨਾਲ ਨਾਲ ਅਸੀਂ 19 ਤਰੀਕ ਵਾਲੇ ਦਿਨ ਇੰਡੀਆ ਗੱਠਜੋੜ ਦੀ ਮੀਟਿੰਗ ਨੂੰ ਦੇਖਣਾ ਨਹੀਂ ਭੁੱਲਾਂਗੇ। ਲੇਕਿਨ ਉਸ ਤੋਂ ਪਹਿਲਾਂ, ਕਿਉਂਕਿ ਇਹ ਮੀਟਿੰਗ ਸੀਟਾਂ ਦੀ ਵੰਡ ਨੂੰ ਲੈ ਕੇ, ਚੋਣ ਰਣਨੀਤੀ ਨੂੰ ਲੈ ਕੇ ਹੋ ਰਹੀ ਹੈ, ਲੇਕਿਨ ਉਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਮੌੜ ਮੰਡੀ ਬਠਿੰਡਾ ਦੇ ਵਿੱਚ 13 ਸੀਟਾਂ ਜਿੱਤਣ ਦਾ ਦਾਅਵਾ ਕਰ ਰਿਹਾ, ਇਕੱਲਿਆਂ ਲੜਨ ਦਾ ਗੱਲ ਕਰ ਰਿਹਾ, ਇਹਦੇ ਕੀ ਅਰਥ ਆ? ਪੰਜਾਬ ਦੇ ਕਾਂਗਰਸੀਕਰਨ ਤੇ ਮੰਨਿਆ ਜਾਂਦਾ ਕਿ ਇਹਨਾਂ ਨੂੰ ਕੌਣ ਪੁੱਛੂਗਾ ਨੈਸ਼ਨਲ ਲੈਵਲ ਤੇ, ਜੇ ਕੇਜਰੀਵਾਲ ਕਰ ਰਹੇ ਨੇ ਤਾਂ ਇਹਦੇ ਕੀ ਅਰਥ ਲਏ ਜਾਣਗੇ? ਇਹ ਪ੍ਰੈਸ਼ਰ ਟੈਕਟਿਕਸ ਨੇ ਜਾਂ ਸੱਚਮੁੱਚ ਉਹਨਾਂ ਦਾ ਮਨ ਇਸ ਤਰ੍ਹਾਂ ਬਣ ਚੁੱਕਿਆ? ਇਹ ਸਵਾਲ ਆ। ਸੁਖਜਿੰਦਰ ਸਿੰਘ ਰੰਧਾਵਾ ਵੀ ਕੱਲ ਕੁੱਦੇ ਨੇ ਇਸ ਮਾਮਲੇ 'ਚ, ਸਿੱਧੂ ਨੇ ਮਹਿਰਾਜ 'ਚ ਰੈਲੀ ਕਰਕੇ ਇਸ ਮੌਕੇ ਦੇ ਉੱਤੇ ਕੀ ਸੁਨੇਹਾ ਦਿੱਤਾ? ਇਹ ਵੀ ਅਹਿਮ ਸਵਾਲ ਆ। ਔਰ ਨਵਜੋਤ ਸਿੰਘ ਸਿੱਧੂ ਦੀ ਇਸ ਰੈਲੀ ਵਿੱਚ ਇਕੱਠ ਭਰਮਾ ਸੀਗਾ, ਇਹਦਾ ਮਤਲਬ ਅਜੇ ਵੀ ਉਹਨਾਂ ਦੀ ਮਾਸ ਅਪੀਲ ਹੈ? ਇਹ ਸਵਾਲ ਨੂੰ ਵੀ ਲੈਂਦੇ ਹਾਂ। ਇਹ 3-4 ਸਵਾਲਾਂ ਦੇ ਨਾਲ ਜਦੋਂ ਅੱਗੇ ਵਧਾਂਗੇ ਤਾਂ ਪੰਜਾਬ ਦੇ ਵਿੱਚ ਜਿਹੜਾ ਠਾਹ ਠਾਹ ਹੋ ਰਹੀ ਆ, ਲਗਾਤਾਰ ਐਨਕਾਊਂਟਰਸ ਹੋ ਰਹੇ ਆ, ਇਹਦੇ ਦੋ ਪਹਿਲੂ ਜਿੱਥੇ ਕਾਫੀ ਇਹਨੂੰ ਸ਼ਾਬਾਸ਼ ਐਪਰੀਸ਼ੀਏਟ ਵੀ ਕੀਤਾ ਜਾ ਰਿਹਾ, ਸਨੈਚਿੰਗ ਨੂੰ ਲੈ ਕੇ, ਐਕਸਟੋਰਸ਼ਨ ਨੂੰ ਲੈ ਕੇ, ਅਣਸੁਰੱਖਿਆ ਨੂੰ ਲੈ ਕੇ ਲੋਕ ਪੰਜਾਬ ਪੁਲਿਸ ਦੀ ਪਿੱਠ ਥਾਪੜ ਰਹੇ ਆ। ਲੇਕਿਨ ਇੱਕ ਵਰਗ ਇਹ ਵੀ ਸ਼ੱਕ ਪ੍ਰਗਟ ਕਰ ਰਿਹਾ ਕਿ ਇਸ ਤਰ੍ਹਾਂ ਦੇ ਵਰਤਾਰੇ ਅੱਗੇ ਜਾ ਕੇ ਨੁਕਸਾਨਦਾਇਕ ਕਿੰਨੇ ਹੁੰਦੇ ਆ, ਸਟੇਟ ਟੈਰਰ 'ਚ ਨਾ ਬਦਲਣ, ਇਹਦੇ 'ਚ ਕਿਹੜਾ ਨਾ ਕੱਢੀਆਂ ਜਾਣ, ਇਹ ਵੀ ਸਵਾਲ ਆ। ਤੇ ਲਾਸਟ ਵਿੱਚ ਅਸੀਂ ਜਾਵਾਂਗੇ ਕਿ ਕੀ ਦਾਊਦ ਇਬਰਾਹਿਮ, ਜਿਹੜਾ ਕਿ ਵੱਡਾ ਡੌਨ ਰਿਹਾ ਅੰਡਰਵਰਲਡ ਦਾ, ਭਾਰਤ ਨੂੰ ਲੋੜੀਂਦਾ ਹੈ, ਉਹਨੂੰ ਜ਼ਹਿਰ ਦਿੱਤਾ ਗਿਆ? ਕੀ ਉਹ ਕਿਸੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ? ਇਹ ਸਵਾਲ ਨੂੰ ਅੱਗੇ ਵਧਾਉਂਦੇ ਹਾਂ। ਸੋ ਸਭ ਤੋਂ ਪਹਿਲਾਂ ਭਾਸਕਰ ਸਾਹਿਬ, ਸਾਂਝ ਪਵਾਓ ਕਿ ਕੀ ਆਮ ਆਦਮੀ ਪਾਰਟੀ ਨੂੰ ਐਕਸਾਈਜ਼ ਮਾਮਲੇ 'ਚ ਨਾਮਜ਼ਦ ਕੀਤਾ ਜਾ ਚੁੱਕਿਆ? ਕੀ ਉਹਨਾਂ ਦੇ ਖਜ਼ਾਨਚੀ ਦੀ ਪੁੱਛਗਿੱਛ ਹੋ ਚੁੱਕੀ ਹੈ? ਕੀ ਈਡੀ ਇਸ ਹਫ਼ਤੇ ਕੋਈ ਚਾਰਜਸ਼ੀਟ ਦਾਖਲ ਕਰ ਸਕਦੀ ਆਮ ਆਦਮੀ ਪਾਰਟੀ ਦੇ ਖਿਲਾਫ਼? ਤਾਂ ਕੀ ਫਿਰ ਈਡੀ ਕੋਲ ਹੋਰ ਪ੍ਰਾਵਧਾਨ ਕੀ ਆ? ਜਦੋਂ ਕੇਜਰੀਵਾਲ ਸਾਹਿਬ ਉਹਨਾਂ ਦੇ ਸੰਮਨ ਤੇ ਆਏ ਨਹੀਂ ਤਾਂ ਉਹ ਕੀ ਕਰ ਸਕਦੇ ਨੇ? ਔਰ ਕੀ ਅਗਲੇ ਦਿਨਾਂ 'ਚ ਕੋਰਟ ਦੇ ਵਿੱਚੋਂ ਵੀ ਕੇਜਰੀਵਾਲ ਸਾਹਿਬ ਦੇ ਖਿਲਾਫ਼ ਸੰਮਨ ਲਏ ਜਾ ਸਕਦੇ ਆ? ਸਾਰੇ ਸਵਾਲਾਂ ਨਾਲ ਇੱਕ ਵਾਰੀ ਸਾਂਝ ਪਾ ਦਿਓ। ਜਿੱਥੇ ਤੱਕ ਈਡੀ ਦੀ ਗੱਲ ਹੈਗੀ ਔਰ ਦਿੱਲੀ ਦੀ ਐਕਸਾਈਜ਼ ਪਾਲਿਸੀ ਦੀ ਗੱਲ ਹੈਗੀ ਹੈ, ਇਸ ਕੇਸ ਦੇ ਵਿੱਚ ਆਲਰੇਡੀ ਆਮ ਆਦਮੀ ਪਾਰਟੀ ਦੇ 3 ਵੱਡੇ ਲੀਡਰ, ਜਿਹਦੇ ਵਿੱਚ ਉਸ ਵਕਤ ਦੇ ਡਿਪਟੀ ਚੀਫ ਮਿਨਿਸਟਰ ਜਿਹੜੇ
ਫਾਈਨੈਂਸ ਜਾਂ ਰੈਵੇਨਿਊ ਮਿਨਿਸਟਰ ਵੀ ਹੁੰਦੇ ਸੀ, ਐਕਸਾਈਜ਼ ਮਿਨਿਸਟਰ ਵੀ ਹੁੰਦੇ ਸੀਗੇ, ਉਹ ਆਲਰੇਡੀ ਅੰਦਰ ਨੇ। ਲੋਕ ਰਾਜ ਸਭਾ ਦੇ MP ਸੰਜੇ ਸਿੰਘ ਵੀ ਇਸ ਮਾਮਲੇ ਦੇ ਵਿੱਚ ਅੰਦਰ ਨੇ, ਤੇ ਫਿਰ ਵਿਜੇ ਨਾਇਰ ਜਿਹੜੇ ਸਭ ਤੋਂ ਪਹਿਲੇ ਇਸ ਮਾਮਲੇ ਦੀ ਕੜੀ ਦੇ ਰੂਪ ਵਿੱਚ ਕਾਫੀ ਟਾਈਮ ਤੋਂ ਅੰਦਰ ਹੈਗੇ ਨੇ। ਹੁਣ ਗੱਲ ਆ ਰਹੀ ਹੈ ਕਿ ED ਆਮ ਆਦਮੀ ਪਾਰਟੀ ਨੂੰ ਬਤੌਰ ਐਕਿਊਜ਼ ਉਹਨਾਂ ਦੇ ਖਿਲਾਫ ਕੇਸ ਕਰ ਸਕਦੀ ਹੈ, ਔਰ ਇਸ ਹਫਤੇ ਹੀ ਚਾਰਜਸ਼ੀਟ ਵੀ ਦਾਖਿਲ ਕਰ ਸਕਦੀ ਹੈ ਕੋਰਟ ਦੇ ਵਿੱਚ। ਔਰ ਇਹ ਵੀ ਇੱਕ ਖਬਰ ਨਿਕਲ ਕੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਨੈਸ਼ਨਲ ਟ੍ਰੈਜਰਰ ਜਿਹੜੇ ਨਾਰਾਇਣ ਦਾਸ ਗੁਪਤਾ ਨੇ, ਰਾਜ ਸਭਾ ਦੇ MP ਵੀ ਨੇ, ਉਹਨਾਂ ਦੇ ਨਾਲ December 9 ਨੂੰ ਬੜੀ ਇੱਕ ਵਿਸਤ੍ਰਿਤ ਯਾਨੀ ਬੜੀ ਇੱਕ ਲੰਬੀ ਪੁੱਛਗਿੱਛ ਹੋਈ ਹੈ, ਔਰ ਉਹਦੇ ਵਿੱਚ ਜਿਹੜੀ ਮਨੀ ਟ੍ਰੇਲ ਸੁਪਰੀਮ ਕੋਰਟ ਦੇ ਵਿੱਚ ED ਨੇ ਦੱਸੀ ਸੀ 338 ਕਰੋੜ ਦੀ, ਉਸ ਮਨੀ ਟ੍ਰੇਲ ਦੇ ਬਾਰੇ 'ਚ ਡਿਟੇਲਡ ਗੱਲਬਾਤ ਹੋਈ ਹੈ। ਔਰ ਜਦ ED ਆਮ ਆਦਮੀ ਪਾਰਟੀ ਨੂੰ ਬਤੌਰ ਐਕਿਊਜ਼ਡ ਅਗਰ ਇਸ ਚਾਰਜਸ਼ੀਟ ਦੇ ਵਿੱਚ ਕਰਦੀ ਹੈ, ਹੁਣ 2 ਨਵੰਬਰ ਨੂੰ ਇੱਕ ਸੰਮਨ ਇਸ਼ੂ ਹੋਇਆ ਸੀਗਾ ਅਰਵਿੰਦ ਕੇਜਰੀਵਾਲ ਉਹਨਾਂ ਨੂੰ, ਔਰ ਅਰਵਿੰਦ ਕੇਜਰੀਵਾਲ ਉਹਨਾਂ ਨੇ ਅਦਾਲਤ ਜਾਂ ਉਸ ਸੰਮਨ ਨੂੰ ਮੰਨਣ ਤੋਂ ਜਾਂ ਉਹਦੇ ਕਰਕੇ ED ਦੇ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰਤਾ ਸੀ, ਔਰ ਉਸ ਸੰਮਨ ਨੂੰ ਹੀ ਇਲੀਗਲ ਕਿਹਾ ਸੀਗਾ। ਹੁਣ ਇੱਦਾਂ ਦੇ ਕੇਸ ਦੇ ਵਿੱਚ ED ਦੇ ਕੋਲ ਆਪਸ਼ਨ ਕੀ ਹੁੰਦੀ ਹੈ? ਹਾਲਾਂਕਿ ਅੱਜ ਜਿਹੜੀ ਖਬਰ ਵੀ ਛਪੀ ਹੈ ਉਹਦੇ ਵਿੱਚ ED ਨੇ ਆਪਣੀ ਚਾਰਜਸ਼ੀਟ ਦਾਖਿਲ ਕਰਨ ਦੀ ਤਾਂ ਗੱਲ ਕੀਤੀ ਹੈ, ਔਰ ਨਾਰਾਇਣ ਦਾਸ ਗੁਪਤਾ ਦੇ ਨਾਲ ਜਿਹੜੀ December 9 ਨੂੰ ਕੁਐਸਚਨਿੰਗ ਹੋਈ ਹੈ ਉਹਦੇ ਬੇਸ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਐਕਿਊਜ਼ਡ ਬਣਾਉਣ ਦੀ ਗੱਲ ਤੇ ਕੀਤੀ ਜਾ ਰਹੀ ਹੈ। ਲੇਕਿਨ ਦੁਬਾਰਾ ਸੰਮਨ ਇਸ਼ੂ ਕਰਨਗੇ ਅਰਵਿੰਦ ਕੇਜਰੀਵਾਲ ਨੂੰ, ਇਸ ਗੱਲ ਨੂੰ ਪੋਲੀਟੀਕਲੀ ਕਹਿ ਲਓ ਜਾਂ ED ਦੀ ਗੱਲ ਕਹਿ ਲਓ, ਉਹ ਇਗਨੋਰ ਕਰਨ ਦੀ ਗੱਲ ਅੱਗੇ ਆਈ ਹੈ। ਹੁਣ ਇਦਾਂ ਦੇ ਕੇਸ ਦੇ ਵਿੱਚ ਜਿੱਥੇ ਕੋਈ ਵਿਅਕਤੀ ਜਾਂ ਕੋਈ ਵੀ ਪੋਲੀਟੀਸ਼ੀਅਨ ED ਦੇ ਸੰਮਨ ਨੂੰ ਇੰਪਲੀਮੈਂਟ ਨਹੀਂ ਕਰਦਾ ਜਾਂ ਉਹਦੇ ਕਹਿਣ ਤੇ ED ਦੇ ਸਾਹਮਣੇ ਪੇਸ਼ ਨਹੀਂ ਹੁੰਦਾ, ED ਕੋਲ ਕਾਨੂੰਨੀ ਤੌਰ ਤੇ 2-3 ਆਪਸ਼ਨਸ ਹੁੰਦੀ ਹੈ। ਉਹਦੇ ਵਿੱਚ ਜਾਂ ਤੇ ਉਹ ਇਸ਼ੂ ਦੁਬਾਰਾ ਕਰ ਸਕਦੇ ਆ ਸੰਮਨ, ਜਾਂ ਫਿਰ ਤੀਜੀ ਵਾਰ ਕਰ ਸਕਦੇ ਨੇ, ਜਾਂ ਫਿਰ ਕਾਨੂੰਨ ਜਾਂ ਕੋਰਟ ਦੇ ਵਿੱਚ ਜਾ ਕੇ ਉਸ ਵਿਅਕਤੀ ਦੇ ਖਿਲਾਫ ਸੰਮਨ ਨੂੰ ਇੰਪਲੀਮੈਂਟੇਸ਼ਨ ਨਾ ਕਰਨ ਦੀ ਵਜ੍ਹਾ ਨਾਲ ਉਹਦੇ ਅਰੈਸਟ ਵਾਰੰਟ ਲੈ ਸਕਦੇ ਆ। ਇੱਕ ਦੂਜੀ ਆਪਸ਼ਨ ਵੀ ED ਕੋਲ ਹੁੰਦੀ ਹੈ ਕਿ ਉਹ ਜਾ ਕੇ ਉਸ ਵਿਅਕਤੀ ਦੇ ਘਰ ਜਾ ਕੇ ਕੁਐਸਚਨਿੰਗ ਕਰ ਸਕਦੇ ਆ, ਔਰ ਕੰਕਰੀਟ ਐਵੀਡੈਂਸ ਅਗਰ ਉਹਨਾਂ ਕੋਲ ਹੁੰਦੇ ਆ ਤੇ ਉਸ ਕੁਐਸਚਨਿੰਗ ਤੋਂ ਬਾਅਦ ਉੱਥੇ ਹੀ ਉਹਦੀ ਅਰੈਸਟ ਪਾ ਸਕਦੇ ਨੇ। ਤੁਹਾਨੂੰ ਯਾਦ ਹੋਏਗਾ ਝਾਰਖੰਡ ਦੇ ਮੁੱਖ ਮੰਤਰੀ ਯਾਨੀ ਹੇਮੰਤ ਸੋਰੇਨ ਕਈ ਵਾਰ ਬੁਲਾਏ ਜਾਣ ਤੋਂ ਬਾਵਜੂਦ ED ਦੇ ਸਾਹਮਣੇ ਪੇਸ਼ ਨਹੀਂ ਹੋਏ ਸੀ, ਉੱਥੇ ਵੀ ਇਹੀ ਸਮੱਸਿਆ ਹੈ। ED ਦੂਜੀ ਆਪਸ਼ਨ ਤੀਜੀ ਆਪਸ਼ਨ ਨੂੰ ਇੰਪਲੀਮੈਂਟ ਕਰਕੇ ਝਾਰਖੰਡ ਦੇ ਮੁੱਖ ਮੰਤਰੀ ਨੂੰ ਵੀ ਅਰੈਸਟ ਕਰ ਸਕਦੀ ਹੈ, ਇਦਾਂ ਦੀ ਵੀ ਗੱਲਾਂ ਚੱਲ ਰਹੀ ਹੈ। ਪਰ ਹਾਂ, ED ਦਿੱਲੀ ਐਕਸਾਈਜ਼ ਮਾਮਲੇ ਦੇ ਵਿੱਚ ਜੇ ਆਮ ਆਦਮੀ ਪਾਰਟੀ ਨੂੰ ਐਕਿਊਜ਼ਡ ਮੰਨਦੀ ਹੈ ਜਾਂ ਐਕਿਊਜ਼ ਬਣਾ ਕੇ ਪੇਸ਼ ਕਰਦੀ ਹੈ ਤੇ ਉਹਦੀ ਧਮਕ ਤੁਸੀਂ ਪੰਜਾਬ ਦੇ ਵਿੱਚ ਵੀ ਦੇਖ ਸਕਦੇ ਹੋ, ਕਿਉਂਕਿ ਆਮ ਆਦਮੀ ਪਾਰਟੀ ਦੇ ਸਟੇਟ ਕਨਵੀਨਰ ਕਹਿ ਲਓ ਜਾਂ ਪ੍ਰਧਾਨ ਕਹਿ ਲਓ, ਉਹ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਨੇ, ਔਰ ਪੰਜਾਬ ਦੇ ਵਿੱਚ ਵੀ ਜਿਹੜੀ ਐਕਸਾਈਜ਼ ਪਾਲਿਸੀ ਹੈ ਉਸ ਐਕਸਾਈਜ਼ ਪਾਲਿਸੀ ਤੋਂ ਅਗਰ ਆਮ ਆਦਮੀ ਪਾਰਟੀ ਬੈਨੀਫਿਸ਼ਰੀ ਹੁੰਦੀ ਹੈ ਤੇ ਉਹ ਵੀ ਪਰਤਾਂ ਅੱਗੇ ਚੱਲ ਕੇ ਖੁੱਲ ਸਕਦੀਆਂ। ਇਸ ਰਾਹੀਂ ਅਗਰ ਆਮ ਆਦਮੀ ਪਾਰਟੀ ਨੂੰ ਬਤੌਰ ਐਕਿਊਜ਼ ਬਣਾਇਆ ਜਾਂਦਾ ਤੇ ਪੂਰੇ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਦੇ ਫੰਡਸ ਜਾਂ ਉਹਨਾਂ ਫੰਡਸ ਦੀ ਮਨੀ ਟ੍ਰੇਲ ਨੂੰ ਕਿਸੇ ਵੀ ਜਗ੍ਹਾ ਕਿਸੇ ਵੀ ਸੂਬੇ ਦੇ ਵਿੱਚ ਟਰੇਸ ਕਰਕੇ ਉੱਥੇ ਜਿਹੜੇ ਐਕਿਊਜ਼ ਕਹਿ ਲਓ ਜਾਂ ਮੁਲਜ਼ਮ ਕਹਿ ਲਓ, ਉਹਨਾਂ ਦੀ ਵੀ ਸੰਖਿਆ ਅੱਗੇ ਚੱਲ ਕੇ ਵੱਧ ਸਕਦੀ। ਭਾਸਕਰ ਸਾਹਿਬ, ਜਿਹੜੀ ਗੱਲ ਤੁਸੀਂ ਪੰਜਾਬ ਕਨੈਕਸ਼ਨ ਦੀ ਕੀਤੀ ਹੈ ਨਾ, ਇਹਦੇ ਵਿੱਚ ਇੱਕ ਪਹਿਲੂ ਇਹ ਵੀ ਆ ਕਿ ਬੈਨੀਫਿਸ਼ਰੀ ਜੇ ਆਮ ਆਦਮੀ ਪਾਰਟੀ ਆ ਤਾਂ ਉਹ ਪੈਸੇ ਵਰਤੇ ਕਿੱਥੇ ਗਏ? ਵਰਤੇ ਜੇ ਇਲੈਕਸ਼ਨਾਂ 'ਚ ਗਏ ਆ, ਜਿਵੇਂ ਗੋਆ ਦੀ ਇਲੈਕਸ਼ਨ ਦਾ ਜ਼ਿਕਰ ਹੁੰਦਾ ਰਿਹਾ, ਜੇ ਇਲੈਕਸ਼ਨ 'ਚ ਵਰਤੇ ਗਏ ਆ ਤਾਂ ਕੁਦਰਤੀ ਤੌਰ ਤੇ ਪੰਜਾਬ ਦਾ ਜ਼ਿਕਰ ਵੀ ਆਊਗਾ, ਤੇ ਜੇ ਪੰਜਾਬ ਦਾ ਜ਼ਿਕਰ ਆਉਂਦਾ ਹੈ ਤਾਂ ਇੱਥੇ ਜ਼ਿੰਮੇਵਾਰੀਆਂ ਤਾਂ ਫਿਰ ਆਇਦ ਕਰਨੀਆਂ। ਤੁਹਾਨੂੰ ਪਤਾ ਇਹਨਾਂ ਏਜੰਸੀਆਂ ਨੇ ਕਿੱਦਾਂ ਮੂਵ ਕਰਨਾ ਹੁੰਦਾ, ਇਹ ਸਵਾਲ ਇਹਨਾਂ ਦਿਨਾਂ ਦੇ ਵਿੱਚ ਗਰਮਾਊਗਾ। ਵੈਸੇ ਦੂਜੀ ਗੱਲ ਇਹ ਵੀ ਹੈ ਕਿ ਜਦੋਂ ਪੰਜਾਬ ਨਾਲ ਜੁੜੇ ਉਹ ਕਾਰੋਬਾਰੀ ਸ਼ਰਾਬ ਦੇ ਜਿਨ੍ਹਾਂ ਨੂੰ ਅੰਦਰ ਵੀ ਰਹਿਣਾ ਪਿਆ, ਉਹਨਾਂ ਨੂੰ ਪੰਜਾਬ ਦੇ ਕਨੈਕਸ਼ਨ ਨਾਲ ਕਿਵੇਂ ਜੋੜਿਆ ਜਾ ਸਕਦਾ? ਕਿਉਂਕਿ ਕਾਰੋਬਾਰੀ ਕਿਸੇ ਦਾ ਵੀ ਕਦੇ ਸੱਕਾ ਨਹੀਂ ਹੁੰਦਾ,
ਔਰ ਕਾਰੋਬਾਰੀ ਹਮੇਸ਼ਾ ਮੁਨਾਫੇ ਨਾਲ ਤੁਰਦਾ। ਕੀ ਪੰਜਾਬ ਅਜੇ ਇਸ ਮਾਮਲੇ ਦੇ ਵਿੱਚ ਰਡਾਰ ਤੇ ਨਹੀਂ ਹੈ? ਕੀ ਇਹ ਸਿਆਸੀ ਤੌਰ ਤੇ ਨਾਲ ਲਪੇਟਿਆ ਨਹੀਂ ਗਿਆ, ਇਹਨੂੰ ਪਾਸੇ ਰੱਖਿਆ ਗਿਆ ਜਾਣਬੁੱਝ ਕੇ? ਕਿਉਂਕਿ ਜੇਕਰ ਨਾਲ ਸ਼ਾਮਿਲ ਕਰਨਾ ਹੋਵੇ ਤਾਂ ਕਈ ਰਾਹ ਰਸਤੇ ਕੱਢੇ ਜਾਂਦੇ ਨੇ, ਔਰ ਪੰਜਾਬ ਦੇ ਅਧਿਕਾਰੀਆਂ ਨੂੰ ਕੁਝ ਦੇਰ ਲਈ ਪੁੱਛਗਿੱਛ ਕਰਕੇ ਫ੍ਰੀ ਵੀ ਕਰਤਾ ਗਿਆ ਸੀਗਾ, ਤੁਹਾਨੂੰ ਯਾਦ ਹੋਣਾ। ਇਸ ਕਰਕੇ ਇੱਥੇ ਸਵਾਲ ਪੁੱਛਿਆ ਜਾਂਦਾ ਹੈ ਕਿ ਜੇਕਰ ਸੱਚਮੁੱਚ ਪਾਲਿਸੀ ਨੂੰ ਲੈ ਕੇ ਤੁਸੀਂ ਕੋਈ ਜ਼ਿਆਦਾ ਇਤਰਾਜ਼ ਨਹੀਂ ਉਠਾ ਸਕਦੇ, ਇਹ ਸਟੇਟ ਸਬਜੈਕਟ ਹੈ, ਸਟੇਟ ਜਿੱਦਾਂ ਮਰਜ਼ੀ ਬਣਾਵੇ, ਪਰ ਇੰਪਲੀਮੈਂਟੇਸ਼ਨ ਮੌਕੇ ਜੇਕਰ ਇਹਦੇ 'ਚੋਂ ਬੈਨੀਫਿਟ ਲਿਆ ਗਿਆ ਅੰਡਰ ਦਾ ਟੇਬਲ, ਜਿਵੇਂ ਕਿਹਾ ਗਿਆ ਕਿ L1 ਲਾਇਸੈਂਸ ਧਾਰਕਾਂ ਨੂੰ ਤੁਸੀਂ ਪ੍ਰੋਫਿਟ ਵੱਧ ਦਿੱਤਾ, ਤੁਸੀਂ 5-6% ਤੋਂ ਵਧਾ ਕੇ 10-12% ਤੱਕ ਲੈ ਗਏ, ਔਰ ਤੁਸੀਂ ਇਸ ਸਮਝੌਤੇ ਨਾਲ ਅਨਰਿਟਨ ਅਨਸੈਡ ਸਮਝੌਤੇ ਨਾਲ ਚਲੇ ਗਏ ਕਿ ਅੰਡਰ ਦਾ ਟੇਬਲ ਸਾਨੂੰ ਤੁਸੀਂ ਇੰਨੇ ਪੈਸੇ ਦੇ ਦਿਓ, ਰੌਲਾ ਤਾਂ ਇਹੀ ਪੈਂਦਾ ਰਿਹਾ। ਹੁਣ ਇਹਦੀ ਸੱਚਾਈ ਕੀ ਹੈ, ਇਹਦੇ ਸਬੂਤ ਕੀ ਨੇ, ਇਹਦੇ ਵਿੱਚ ਕੌਣ ਗਵਾਹ ਹੋਏਗਾ? ਇਹ ਰੌਲੇ ਹੈਗੇ ਨੇ, ਇੱਕ ਖੌਫ, ਇੱਕ ਸਹਿਮ, ਇੱਕ ਡਰ ਤਾਂ ਬਣਿਆ ਹੀ ਰਹਿੰਦਾ ਜਿਹੜੇ ਸੰਬੰਧਿਤ ਲੋਕ ਹੁੰਦੇ ਆ, ਕਿਉਂਕਿ ਹੁਣ ਤੱਕ ਦੀਆਂ ਜਿੰਨੀਆਂ ਵੀ ਸਰਗਰਮੀਆਂ ਨੇ, ਜਿਹੜੇ ਲੋਕ ਜੱਦ 'ਚ ਆਏ ਨੇ ਉਹ ਫਿਰ ਲੰਬਾ ਜੱਦ 'ਚ ਆਏ ਨੇ, ਉਹਨਾਂ ਕੋਲ ਬਹੁਤੇ ਰਾਹ ਨਹੀਂ ਬਚੇ। ਇਹ ਸਵਾਲ ਕਾਫੀ ਵੱਡੇ ਨੇ। ਮੈਨੂੰ ਲੱਗਦਾ ਹੈ ਕਿ ਅੱਜ ਜਿਹੜੀ ਇਹ ਘਟਨਾਕ੍ਰਮ ਹੈ ਜਿਹਦੇ ਵਿੱਚ ਜੇ ਖਜ਼ਾਨਚੀ ਨੂੰ ਆਧਾਰ ਬਣਾਇਆ ਜਾ ਰਿਹਾ, ਇਹਦਾ ਮਤਲਬ ਹੈ ਕਿ ਫੰਡਸ ਦਾ ਲੇਖਾ ਜੋਖਾ ਵੀ ਹੋ ਰਿਹਾ ਹੋਊਗਾ, ਕਿੰਨੇ ਪੈਸੇ ਆਏ, ਕਿੰਨੇ ਗਏ, ਕਿੱਥੇ ਲੱਗੇ, ਰੂਟੀਨ ਦੇ ਵਿੱਚ ਖਰਚੇ ਕਿੰਨੇ ਹੋਏ, ਪਾਰਟੀ ਕੋਲ ਪੈਸੇ ਕਿੰਨੇ ਸੀ, ਖਰਚੇ ਕਿੰਨੇ ਗਏ, ਦੋਨਾਂ ਦੇ ਵਿੱਚ ਕੋਈ ਗੈਪ ਆ, ਇਹ ਵੀ ਦੇਖਿਆ ਜਾਂਦਾ ਹੋਊਗਾ। ਨਹੀਂ, ਸਭ ਤੋਂ ਵੱਡੀ ਗੱਲ ਹੈਗੀ ਹੈ, ਜਿਸ ਤਰ੍ਹਾਂ ਅਸੀਂ ਪਹਿਲੇ ਵੀ ਆਪਣੇ ਪ੍ਰੋਗਰਾਮਸ ਵਿੱਚ ਕਈ ਵਾਰ ਕਹਿ ਚੁੱਕੇ ਹਾਂ ਕਿ ਪੰਜਾਬ ਦੀ ਐਕਸਾਈਜ਼ ਪਾਲਿਸੀ ਪੰਜਾਬ ਸਰਕਾਰ ਨੂੰ ਬਣਾਉਣ ਦਾ ਪੂਰਾ ਹੱਕ ਹੈ, ਔਰ ਉਸ ਪਾਲਿਸੀ ਦੇ ਉੱਤੇ ਸਿੱਧੇ ਸਿੱਧੇ ਈਡੀ ਕੋਈ ਸਵਾਲ ਨਹੀਂ ਖੜੇ ਕਰ ਸਕਦੀ, ਕਿਉਂਕਿ ਸਟੇਟ ਦਾ ਪ੍ਰੈਰੋਗੇਟਿਵ ਹੈਗਾ। ਹੁਣ ਗੱਲ ਇਹ ਆਉਂਦੀ ਹੈ ਕਿ ਜੇ ਮਨੀ ਟ੍ਰੇਲ ਦੇ ਵਿੱਚ, ਕਿਉਂਕਿ ਪੰਜਾਬ ਦੇ ਵਿੱਚ ਉਹੀ ਪਾਲਿਸੀ ਅਡੋਪਟ ਕੀਤੀ ਗਈ ਜਿਹੜੀ ਦਿੱਲੀ ਦੀ ਪਾਲਿਸੀ ਅਡੋਪਟ ਕੀਤੀ ਹੋਈ ਬਾਅਦ 'ਚ ਵਿਦਡਰਾਅ ਕਰ ਲਈ ਸੀ, ਔਰ ਉਸ ਦੇ ਜ਼ਰੀਏ ਹੀ ਪੰਜਾਬ ਦੇ ਵਿੱਚ ਫਾਈਨੈਂਸ਼ੀਅਲ ਰੈਵੇਨਿਊ ਵਧਾਉਣ ਦੀ ਵੀ ਗੱਲ ਅੱਗੇ ਵਧਾਈ ਗਈ। ਹੁਣ ਇੱਦਾਂ ਦੇ ਕੇਸ ਦੇ ਵਿੱਚ ਜੇ ਮਨੀ ਟ੍ਰੇਲ ਦੇ ਵਿੱਚ ਉਹੀ ਕਾਰੋਬਾਰੀ ਜਿਹੜੇ ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਸੀਗੇ ਉਹੀ ਪੰਜਾਬ ਦੇ ਪਾਲਿਸੀ ਦੇ ਵਿੱਚ ਹੈਗੇ ਨੇ, ਔਰ ਉਹਨਾਂ ਦੇ ਪੈਸੇ ਲੈਣ ਦੇਣ ਦੀ ਗੱਲ ਕਿਸੇ ਵੀ ਜਗ੍ਹਾ ਤੋਂ ਪੁਸ਼ਟੀ ਹੁੰਦੀ ਹੈ, ਤੇ ਅਗਰ ਆਮ ਆਦਮੀ ਪਾਰਟੀ ਨੂੰ ਅਕਿਊਜ਼ ਬਣਾਇਆ ਜਾਂਦਾ ਤੇ ਪੰਜਾਬ ਦੀ ਪਾਲਿਸੀ ਵੀ ਆਟੋਮੈਟਿਕਲੀ ਇਸ ਘੇਰੇ ਦੇ ਵਿੱਚ ਆ ਜਾਏਗੀ। ਗੱਲ ਸਿੱਧੇ ਜਾਣ ਦੀ ਬਜਾਏ ਟੇਢੇ ਜਾ ਕੇ ਜੇ ਆਮ ਆਦਮੀ ਪਾਰਟੀ ਨੂੰ ਆਰੋਪੀ ਬਣਾਇਆ ਜਾਂਦਾ ਤੇ ਫਿਰ ਇਹਦੇ ਵਿੱਚ ਪੰਜਾਬ ਜਾਂ ਫਿਰ ਹੋਰ ਵੀ ਕਿਸੇ ਜਗ੍ਹਾ ਤੇ ਆਮ ਆਦਮੀ ਪਾਰਟੀ ਦੇ ਯੂਨਿਟ ਜਾਂ ਕਾਰਿਆਕਰਤਾ ਨੇ ਜਾਂ ਲੀਡਰਾਂ ਨੇ ਕੋਈ ਵੀ ਇਸ ਤਰ੍ਹਾਂ ਦੇ ਮਨੀ ਟ੍ਰੇਲ ਦੇ ਵਿੱਚ ਸਾਬਿਤ ਹੁੰਦੀ ਹੋਣੀ ਉਹਨਾਂ ਦੀ ਇਨਵੋਲਵਮੈਂਟ ਤੇ ਉਹਨਾਂ ਨੂੰ ਧਰਿਆ ਜਾ ਸਕਦਾ ਹੈ। ਇਹ ਮਤਲਬ ਹੈਗਾ ਆਮ ਆਦਮੀ ਪਾਰਟੀ ਨੂੰ ਬਤੌਰ ਬੈਨੀਫਿਸ਼ਰੀ ਅਕਿਊਜ਼ ਬਣਾਉਣ ਦਾ, ਜਿਹਦੇ ਕਰਕੇ ਇਹ ਵਿੰਗਸ ਹੋਰ ਜ਼ਿਆਦਾ ਫੈਲਾਏ ਜਾ ਸਕਦੇ ਹਨ। ਜਿਸ ਤਰ੍ਹਾਂ ਮੈਂ ਪਹਿਲੇ ਵੀ ਕਹਿ ਚੁੱਕਿਆ ਕਿ ਜਿਹੜੇ ਕਾਰੋਬਾਰੀ ਹੈ ਉਹ ਸੇਮ ਨੇ, ਔਰ ਉਹਨਾਂ ਨੇ ਪੈਸੇ ਜੇ ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਵਾਸਤੇ ਦਿੱਤੇ ਨੇ ਤੇ ਹੋ ਸਕਦਾ ਪੰਜਾਬ ਦੀ ਐਕਸਾਈਜ਼ ਪਾਲਿਸੀ ਦੇ ਵਾਸਤੇ ਵੀ ਦਿੱਤੇ ਹੋਣ, ਔਰ ਜੇ ਉਹ, ਕਿਉਂਕਿ ਸਮੀਰ ਮਹਿੰਦਰੂ ਦਾ ਨਾਂ ਇੱਥੇ ਆ ਰਿਹਾ, ਔਰ ਉਹਦੇ ਬਿਆਨਾਂ ਦੇ ਆਧਾਰ ਦੇ ਉੱਤੇ ਹੀ ਚਾਹੇ ਸੰਜੇ ਸਿੰਘ ਦੀ ਗ੍ਰਿਫਤਾਰੀ ਹੋਈ ਹੈ ਜਾਂ ਮਨੀਸ਼ ਸਿਸੋਦੀਆ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ, ਵੱਡਾ ਆਧਾਰ ਹੈਗਾ ਕਿ ਸਮੀਰ ਮਹਿੰਦਰੂ, ਅਮਿਤ ਅਰੋੜਾ, ਦਿਨੇਸ਼ ਅਰੋੜਾ ਉਹ ਵਿਅਕਤੀ ਨੇ ਜਿਹਨਾਂ ਦੇ ਜ਼ਰੀਏ ਪੈਸਿਆਂ ਦਾ ਲੈਣ ਦੇਣ ਹੋਇਆ ਸੀਗਾ। ਜਦੋਂ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਹੋਈ ਜਿਸ ਦਿਨ ਮਨੀਸ਼ ਸਿਸੋਦੀਆ ਦੀ ਬੇਲ ਅਰਜ਼ੀ ਰੱਦ ਹੁੰਦੀ ਹੈ ਤੇ ਇਹ ਕਿਹਾ ਜਾਂਦਾ ਹੈ ਕਿ ਕਿੰਨਾ ਕੁ ਸਮਾਂ ਲਓਗੇ, ਤੇ ਉਹ ਕਹਿੰਦੇ ਜੀ 8 ਮਹੀਨੇ, 8-10 ਮਹੀਨਿਆਂ 'ਚ ਹੋ ਜਾਏਗਾ ਜੀ ਇਹ ਇਨਵੈਸਟੀਗੇਸ਼ਨ ਕੰਪਲੀਟ। ਤਾਂ ਉਹਦੇ ਵਿੱਚ ਜਦੋਂ ਇਹ ਗੱਲ ਨਿਕਲ ਕੇ ਆਈ ਸੀ ਕਿ ਪਹਿਲੀ ਨਜ਼ਰੇ ਤਾਂ ਬੈਨੀਫਿਸ਼ਰੀ ਆਮ ਆਦਮੀ ਪਾਰਟੀ ਲੱਗਦੀ ਹੈ, ਤੁਸੀਂ ਉਹਨੂੰ FIR ਦੇ ਵਿੱਚ ਕਿਉਂ ਨਹੀਂ ਰੱਖਿਆ, ਨਾਮਜ਼ਦ ਕਿਉਂ ਨਹੀਂ ਕੀਤਾ, ਤੇ ਬਹੁਤ ਵੱਡਾ ਆਧਾਰ ED ਕੋਲ ਆ ਗਿਆ ਸੀਗਾ। ਤੇ ਹੁਣ ਜਦੋਂ ਤੁਸੀਂ ਕਿਸੇ ਪਾਰਟੀ ਨੂੰ ਹੀ
ਨਾਮਜ਼ਦ ਕਰ ਦਿੰਦੇ ਹੋ ਤਾਂ ਫਿਰ ਉਸ ਪਾਰਟੀ ਉਹ ਘੇਰਾ ਬੜਾ ਵਿਸ਼ਾਲ ਹੋ ਜਾਂਦਾ, ਤੁਸੀਂ ਕਿਸੇ ਵਿਅਕਤੀ ਨੂੰ ਵੀ ਪੁੱਛਗਿੱਛ ਲਈ ਸੱਦ ਸਕਦੇ ਹੋ, ਕੋਈ ਡਿਨਾਈ ਨਹੀਂ ਕਰ ਸਕਦਾ। ਇਹ ਇੱਕ ਐਸਾ ਇਹ ਪੋਲੀਟੀਕਲ ਹਥਿਆਰ ਮੈਨੂੰ ਲੱਗਦਾ ਜੇ ਅਦਰਵਾਈਜ਼ ਇਲੈਕਸ਼ਨ ਦੇ ਨਜ਼ਰੀਏ ਤੋਂ ਦੇਖੀਏ, ਪਰ ਈਡੀ ਦੇ ਨਜ਼ਰੀਏ ਤੋਂ ਇਹ ਜਾਂਚ ਦਾ ਘੇਰਾ ਬਹੁਤ ਵਸੀ ਹੋ ਗਿਆ ਤੇ ਇਹਦੀ ਜੱਦ ਵਿੱਚ ਕੋਈ ਵੀ ਸੰਭਵ ਹੈ, ਕੋਈ ਵੀ ਆ ਸਕਦਾ ਹੈ। ਕੇਜਰੀਵਾਲ ਸਾਹਿਬ ਨੂੰ ਅਦਾਲਤ ਵੀ ਸੰਮਨ ਕਰ ਸਕਦੀ, ਕੇਜਰੀਵਾਲ ਸਾਹਿਬ ਨੇ ਈਡੀ ਦੇ ਸੰਮਨ ਨੂੰ ਬਹੁਤਾ ਗੌਲਿਆ ਨਹੀਂ ਔਰ ਜਵਾਬ ਵਿੱਚ ਕਈ ਸਵਾਲ ਉਠਾਤੇ ਸੀਗੇ। ਜੇਕਰ ਹੁਣ ਚਾਰਜਸ਼ੀਟ ਦਾਇਰ ਕਰਕੇ ਪਾਰਟੀ ਦੇ ਸੁਪਰੀਮੋ ਵਜੋਂ ਕਰਤਾ ਧਰਤਾ ਵਜੋਂ ਮੁਖੀ ਵਜੋਂ ਉਹਨਾਂ ਨੂੰ ਸੰਮਨ ਕੀਤਾ ਜਾਂਦਾ ਔਰ ਇਹਦੇ ਲਈ ਕੋਰਟ ਆਗਿਆ ਦੇ ਦਿੰਦੀ ਹੈ ਤਾਂ ਮੇਰੇ ਖਿਆਲ ਦੂਜਾ ਰਸਤਾ ਕੋਈ ਬਚਦਾ ਨਹੀਂ, ਫਿਰ ਕਾਫੀ ਔਖਾ ਜਿਹਾ ਮਾਮਲਾ ਹੋ ਜਾਂਦਾ। ਭਾਸਕਰ ਸਾਹਿਬ ਇਲੈਕਸ਼ਨ ਅੱਗੇ ਆ ਤੇ ਇਲੈਕਸ਼ਨ ਤੋਂ ਪਹਿਲਾਂ ਜੇ ਇਹ ਪ੍ਰਕਿਰਿਆ ਤੇਜ਼ ਹੋ ਜਾਂਦੀ ਆ ਤਾਂ ਕਾਫੀ ਮੁਸ਼ਕਲ ਦਾ ਸਾਹਮਣਾ ਹੋਊਗਾ ਇਸ ਖਿੱਤੇ ਦੀ ਪੋਲਿਟਿਕਸ ਦੇ ਵਿੱਚ ਆਮ ਆਦਮੀ ਪਾਰਟੀ ਨੂੰ। ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹੁੰਦਾ ਹੈ ਕਿ ਜਦੋਂ ਕੇਜਰੀਵਾਲ ਕੱਲ ਬਠਿੰਡੇ ਦੇ ਵਿੱਚ ਮੌੜ ਮੰਡੀ ਦੇ ਵਿੱਚ ਕਹਿ ਰਹੇ ਸੀਗੇ ਕਿ ਅਸੀਂ 13 ਤੇ ਕੱਲਿਆਂ ਜਾਵਾਂਗੇ, ਇਹਦੇ ਅਰਥ ਕੀ ਲਈਏ? ਉਧਰ 19 ਤਰੀਕ ਨੂੰ ਇੰਡੀਆ ਗੱਠਜੋੜ ਦੀ ਮੀਟਿੰਗ ਹੈ, 19 ਨੂੰ ਮੀਟਿੰਗ ਹੈ ਜਿੱਥੇ ਸੀਟਾਂ ਦੇ ਲੈਣ ਦੇਣ ਦੀ ਗੱਲ ਹੋਣੀ ਹੈ, ਰਣਨੀਤੀ ਚੋਣ ਰਣਨੀਤੀ ਨਿਰਧਾਰਿਤ ਕਰਨ ਦੀ ਗੱਲ ਹੋ ਰਹੀ ਹੈ। ਕੇਜਰੀਵਾਲ ਸਾਹਿਬ ਇੱਕ ਅਹਿਮ, ਕਿਉਂਕਿ ਪੰਜਾਬ ਦੇ ਕਾਂਗਰਸੀ ਕਹਿੰਦੇ ਸੀ ਤੇ ਮੰਨ ਲਿਆ ਜਾਂਦਾ ਸੀ ਕਿ ਇਹਨਾਂ ਨੂੰ ਕੌਣ ਪੁੱਛਦਾ, ਲੇਕਿਨ ਜੇ ਕੇਜਰੀਵਾਲ ਸਾਹਿਬ ਕਹਿ ਰਹੇ ਨੇ ਕਿ ਅਸੀਂ 13 ਤੇ ਕੱਲਿਆਂ ਲੜਾਂਗੇ, ਇਹਨੂੰ ਕਿਵੇਂ ਲਈਏ? ਪ੍ਰੈਸ਼ਰ ਬਣਾਉਣ ਦਾ ਤਰੀਕਾ ਇਹ ਲੋਕਾਂ ਲਈ ਆ, ਦਿਖਾਉਣ ਲਈ ਆ। ਕੱਲ ਜਦ ਵਿਕਾਸ ਕ੍ਰਾਂਤੀ ਰੈਲੀ ਨੂੰ ਐਡਰੈਸ ਕਰ ਰਹੇ ਸੀਗੇ ਅਰਵਿੰਦ ਕੇਜਰੀਵਾਲ, ਉੱਥੇ ਮੇਨ ਅਟਰੈਕਸ਼ਨ ਸੀਗੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਪੀਚ ਔਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਉਹਨਾਂ ਦੀ ਸਪੀਚ। ਜੇਕਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹਨਾਂ ਦੀ ਸਪੀਚ ਸੀਗੀ, ਉਹਦੇ ਵਿੱਚ ਇੱਕ ਗੱਲ ਬੜੀ ਸਾਫ਼ ਸੀਗੀ ਕਿ ਉਹਨਾਂ ਨੇ 13 ਦੀ 13 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੀ ਅਪੀਲ ਪਬਲਿਕ ਨੂੰ ਕੀਤੀ, ਉਹ ਵੀ ਤਦ ਜਦ ਗੱਲਾਂ ਚੱਲ ਰਹੀ ਸੀ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਅਲਾਇੰਸ ਇੰਡੀ ਗਠਬੰਧਨ ਦੇ ਅੰਤਰਗਤ ਹੋ ਸਕਦਾ ਔਰ ਉਹਦੇ ਕਾਂਗਰਸ ਦੇ ਸੂਬੇ ਦੇ ਲੀਡਰਾਂ ਦਾ ਤੇ ਵਿਰੋਧ ਅਸੀਂ ਬੜੇ ਟਾਈਮ ਤੋਂ ਦੇਖ ਰਹੇ ਹਾਂ ਕਿ ਉਹ ਨਹੀਂ ਚਾਹੁੰਦੇ ਕਿ ਏਦਾਂ ਦਾ ਕੋਈ ਅਲਾਇੰਸ ਹੋਏ, ਪਰ ਕੇਜਰੀਵਾਲ ਉਹਨਾਂ ਦਾ ਕੱਲ ਦੀ ਰੈਲੀ ਦੇ ਵਿੱਚ ਐਲਾਨ ਕਰ ਦੇਣਾ ਔਰ ਦੂਜੇ ਪਾਸੇ ਬਿਨਾਂ ਕਾਂਗਰਸ ਦਾ ਨਾਂ ਲਿੱਤੇ, ਇਹ ਵੀ ਗੱਲ ਕਹਿਣਾ ਕਿ ਪੰਜਾਬ ਦੇ ਜਿਹੜੇ ਫੰਡ ਰੋਕੇ ਗਏ ਨੇ ਉਹਦੇ ਵਾਸਤੇ ਵਿਰੋਧੀ ਪਾਰਟੀਆਂ ਵੀ ਰਿਸਪੋਂਸੀਬਲ ਹੈਗੀ ਹੈ, ਕਿਉਂਕਿ ਉਹਨਾਂ ਨੇ ਹੀ ਬੀਜੇਪੀ ਦੀ ਕੇਂਦਰ ਸਰਕਾਰ ਨੂੰ ਇਸ ਗੱਲ ਵਾਸਤੇ ਅਪੀਲ ਕੀਤੀ ਕਿ ਇਹਨਾਂ ਦਾ ਫੰਡ ਰੋਕ ਲਓ ਤਾਂ ਕਿ ਕੋਈ ਏਦਾਂ ਦਾ ਕੰਮ ਨਾ ਕਰ ਲੈਣ, ਕਿਉਂਕਿ ਇਹ ਬੜਾ ਚੰਗਾ ਕੰਮ ਕਰ ਰਹੇ, ਜੇ ਚੰਗਾ ਕੰਮ ਕਰਦੇ ਰਹੇ ਤੇ ਆਉਣ ਵਾਲੇ ਟਾਈਮ ਵਿੱਚ ਦੂਜੀ ਪਾਰਟੀਆਂ ਦਾ ਰਸਤਾ ਜਾਂ ਜ਼ਮੀਨ ਬਿਲਕੁਲ ਖਤਮ ਹੋ ਜਾਏਗੀ। ਹੁਣ ਇਹਦੇ ਰਾਹੀਂ ਆਪਾਂ ਅਗਰ ਨਿਸ਼ਕਰਸ਼ ਕੱਢਣ ਦੀ ਕੋਸ਼ਿਸ਼ ਕਰੀਏ, ਕੱਲ ਮੀਟਿੰਗ ਹੈਗੀ ਹੈ ਇੰਡੀਆ ਗੱਠਜੋੜ ਦੀ ਔਰ ਉਸ ਇੰਡੀਆ ਗੱਠਜੋੜ ਦੇ ਵਿੱਚ ਕੀ ਨਿਕਲ ਕੇ ਆਉਂਦਾ, ਉਸ ਤੋਂ ਪਹਿਲੇ ਇੱਕ ਮਾਹੌਲ ਬਣਾਉਣ ਦੀ ਤਿਆਰੀ ਜ਼ਰੂਰ ਕੀਤੀ ਜਾ ਰਹੀ। ਅਸੀਂ ਇਹਨੂੰ ਪ੍ਰੈਸ਼ਰ ਟੈਕਟਿਕਸ ਦੇ ਤੌਰ ਤੇ ਵੀ ਦੇਖ ਸਕਦੇ ਹਾਂ ਕਿ ਕੱਲ ਦੀ ਮੀਟਿੰਗ ਦੇ ਵਿੱਚ ਜੇ ਇਸ ਇਹ ਅਲਾਈਨ, ਕਿਉਂਕਿ ਹਰ ਤਰਫ ਤੋਂ ਇੱਕ ਤਰੀਕੇ ਦੀ ਹੀ ਰਿਪੋਰਟ ਆ ਰਹੀ ਹੈ, ਕੇਰਲਾ ਦੇ ਵਿੱਚ, ਵੈਸਟ ਬੰਗਾਲ ਦੇ ਵਿੱਚ, ਬਿਹਾਰ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ ਔਰ ਰਾਜਸਥਾਨ, ਮੱਧਿਆ ਪ੍ਰਦੇਸ਼ ਔਰ ਛੱਤੀਸਗੜ੍ਹ ਔਰ ਇੱਥੇ ਤੱਕ ਕਿ ਗੁਜਰਾਤ, ਉੱਥੇ ਆਮ ਆਦਮੀ ਪਾਰਟੀ ਜਾਂ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਨਾਲ ਕਾਂਗਰਸ ਅਲਾਇੰਸ ਕਰਨ ਦੇ ਵਾਸਤੇ ਜਾਂ ਸੀਟ ਸ਼ੇਅਰਿੰਗ ਕਰਨ ਵਾਸਤੇ ਫਿਲਹਾਲ ਤਿਆਰ ਨਹੀਂ ਹੈ। ਹਾਲਾਂਕਿ 3 ਸੂਬਿਆਂ ਤੋਂ ਹਾਰਨ ਤੋਂ ਬਾਅਦ ਕਾਂਗਰਸ ਨਰਮ ਤੇ ਪਈ ਸੀ, ਪਰ ਨਾਲ ਦੇ ਨਾਲ ਆਪਣੇ ਵੋਟ ਸ਼ੇਅਰਿੰਗ ਨੂੰ ਲੈ ਕੇ ਉਤਸ਼ਾਹਿਤ ਵੀ ਹੈਗੀ ਹੈ ਔਰ ਉਹ ਵੀ ਇਸ ਗੱਲ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਇਹਨਾਂ ਸੂਬਿਆਂ ਦੇ ਵਿੱਚ ਜਿੱਥੇ ਡਾਇਰੈਕਟ ਉਹਨਾਂ ਦਾ ਮੁਕਾਬਲਾ ਬੀਜੇਪੀ ਦੇ ਨਾਲ ਹੈਗਾ, ਉੱਥੇ ਇੱਕ ਵੀ ਸੀਟ ਕਿਸੇ ਹੋਰ ਪਾਰਟੀ ਨਾਲ ਵੰਡਣ। ਜੇ ਇਸ ਐਟੀਟਿਊਡ ਨਾਲ ਸਾਰੀ ਪੋਲੀਟੀਕਲ ਪਾਰਟੀਆਂ ਕੱਲ੍ਹ ਬੈਠਣਗੀਆਂ ਤੇ ਫਿਰ ਉਹ ਸੀਟ ਸ਼ੇਅਰਿੰਗ ਵਾਲਾ ਫਾਰਮੂਲਾ ਕਿੱਥੋਂ ਨਿਕਲ ਕੇ ਆਏਗਾ? ਹੋ ਸਕਦਾ ਹੈ ਪ੍ਰੈਸ਼ਰ ਟੈਕਟਿਕਸ ਹੋਏ ਔਰ ਉਹਨਾਂ ਸੂਬਿਆਂ ਦੇ ਵਿੱਚ ਜਿਹੜੀ ਪਾਰਟੀਆਂ ਆਪਣੀ ਸੀਟਾਂ ਨੂੰ ਨਹੀਂ ਛੱਡਣਾ ਚਾਹੁੰਦੀ ਕਿਸੇ ਹੋਰ ਪਾਰਟੀ ਵਾਸਤੇ, ਉਹਨਾਂ ਦੇ ਉੱਤੇ ਪ੍ਰੈਸ਼ਰ ਬਣਾਉਣ ਦੀ ਗੱਲ ਚੱਲ ਰਹੀ ਹੋਏ, ਕੱਲ੍ਹ ਜਦ ਇਹ ਮੀਟਿੰਗ ਉੱਠੇਗੀ, ਲੱਗਦਾ ਤਾਂ ਹੈ ਕਿ ਸਟੇਟ ਲੈਵਲ 'ਤੇ ਇੱਕ ਕੋਆਰਡੀਨੇਸ਼ਨ ਕਮੇਟੀ ਟਾਈਪ ਬਣਾਏਗੀ, ਉਹਦੇ ਵਿੱਚ
ਸੀਟ ਸ਼ੇਅਰਿੰਗ ਨੂੰ ਲੈ ਕੇ ਸਟੇਟ ਲੈਵਲ ਤੇ ਗੱਲਾਂ ਸ਼ੁਰੂਆਂ ਹੋਣਗੀਆਂ। ਪਰ ਹਾਂ, ਕੱਲ੍ਹ ਦੀ ਮੀਟਿੰਗ ਤੋਂ ਬਾਅਦ ਕੇਜਰੀਵਾਲ ਸਾਹਿਬ ਦਾ ਇਹ ਬਿਆਨ ਬੜੀ ਇੰਪੋਰਟੈਂਸ ਰੱਖਦਾ, ਔਰ ਖਾਸ ਕਰਕੇ ਸੁਖਜਿੰਦਰ ਰੰਧਾਵਾ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਨੇ, ਉਹ ਰਾਜਸਥਾਨ ਦੇ ਇੰਚਾਰਜ ਵੀ ਨੇ, ਉਹ ਵੀ ਜਦ ਕਹਿੰਦੇ ਨੇ ਕਿ ਕਾਂਗਰਸ ਪੰਜਾਬ ਦੇ ਵਿੱਚ ਹੁਣ ਇਕੱਲੀ ਲੜੇਗੀ, ਔਰ 13 ਦੀ 13 ਸੀਟਾਂ ਦੇ ਉੱਤੇ ਪੰਜਾਬ ਨਾ ਪੰਜਾਬ ਦੇ ਵਿੱਚ ਨਾ ਕੇਵਲ ਕਾਂਗਰਸ ਲੜੇਗੀ ਬਲਕਿ ਜਿੱਤ ਵੀ ਪ੍ਰਾਪਤ ਕਰਨਗੀ। ਉਹ ਦੋਨੋਂ ਪਾਰਟੀਆਂ ਜਿੱਤ ਦਾ ਦਾਅਵਾ ਕਰ ਰਹੀਆਂ ਜਿਹੜਿਆਂ ਦੇ ਅਲਾਇੰਸ ਦੀ ਗੱਲ ਚੱਲ ਰਹੀ ਸੀ। ਇਹ ਗੱਲ ਹੁਣ ਦੂਜੇ ਤੀਜੇ ਪਾਸੇ ਜਾਂਦੀ ਹੋਈ ਲੱਗਦੀ ਤੇ ਹੈ, ਪਰ ਕੱਲ ਦੀ ਮੀਟਿੰਗ ਦੇ ਵਿੱਚ ਕੋਈ ਸਮਝੌਤਾ ਕਰਕੇ ਉੱਠਦੇ ਨੇ ਜਾਂ ਕੋਈ 7-7 ਜਾਂ 6-7 ਦਾ ਕੋਈ ਫਾਰਮੂਲਾ ਨਿਕਲ ਕੇ ਆਉਂਦਾ ਹੈ, ਇਹਦੇ ਉੱਤੇ ਵੀ ਬੜੀ ਇੰਪੋਰਟੈਂਸ ਹੈ ਕਿ ਕੱਲ ਦੀ ਮੀਟਿੰਗ ਤੋਂ ਪਹਿਲੇ ਇਹ ਪ੍ਰੈਸ਼ਰ ਟੈਕਟਿਕਸ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਬਣਾਉਣਾ। ਵੈਸੇ ਤਾਂ ਕਾਂਗਰਸ ਵਰਕਿੰਗ ਕਮੇਟੀ ਵੀ 21 ਨੂੰ ਬੈਠ ਰਹੀ ਹੈ, ਮੈਨੂੰ ਲੱਗਦਾ ਕਿ ਕੱਲ ਵਾਲੀ ਮੀਟਿੰਗ ਤੋਂ ਬਾਅਦ ਇਹ ਵੀ ਆਪਣੇ ਤੌਰ ਤੇ ਰਣਨੀਤੀ ਤੈਅ ਕਰਨ ਲਈ ਬੈਠਣਗੇ। ਪਰ ਇਹਦੇ ਨਾਲ ਹੀ ਅਸੀਂ ਜਦੋਂ ਸਮੁੱਚੇ ਮਾਮਲੇ ਨੂੰ ਨਵਜੋਤ ਸਿੰਘ ਸਿੱਧੂ ਦੇ ਨਜ਼ਰੀਏ ਤੋਂ ਵੀ ਦੇਖਦੇ ਹਾਂ, ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਵਿੱਚ ਕੋਈ ਪੁੱਛ ਨਹੀਂ ਸੀ ਰਿਹਾ, ਔਰ ਉਹ ਵੈਸੇ ਵੀ ਸਰਗਰਮੀ 'ਚ ਨਹੀਂ ਸੀ ਹੈਗੇ। ਉਹਨਾਂ ਦੀ ਪਹਿਲਾਂ ਪਤਨੀ ਦੀ ਪ੍ਰੋਬਲਮ ਸੀਗੀ, ਉਹਨਾਂ ਨੂੰ ਹੈਲਪ ਦੀ ਲੋੜ ਸੀਗੀ, ਔਰ ਉਸ ਤੋਂ ਬਾਅਦ ਮੁੰਡੇ ਦੇ ਵਿਆਹ 'ਚ ਰੁੱਝ ਗਏ, ਤੇ ਉਹ ਤੋਂ ਵਿਹਲੇ ਵੁਲੇ ਹੋ ਕੇ ਕੱਲ ਉਹਨਾਂ ਨੇ ਕਾਫੀ ਪ੍ਰਭਾਵਸ਼ਾਲੀ ਲੋਕਾਂ ਦਾ ਇਕੱਠ ਕਰ ਲਿਆ ਸੀ, ਕਾਫੀ ਗਿਣਤੀ 'ਚ ਉੱਥੇ ਲੋਕ ਸੀਗੇ। ਪੰਜਾਬ ਕਾਂਗਰਸ ਦੀ ਸੁਖਜਿੰਦਰ ਸਿੰਘ ਰੰਧਾਵਾ ਦੀ ਇਹ ਗੱਲ ਇਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਹਰੀਸ਼ ਚੌਧਰੀ ਦੇ ਬਿਆਨ ਦੇ ਸਮਾਨਾਂਤਰੋਂ ਕਹਿ ਦਿੰਦੇ ਵੀ ਅਸੀਂ ਨਹੀਂ ਕਰਨਾ, ਔਰ ਦੱਬੀ ਜ਼ਬਾਨ ਦੇ ਵਿੱਚ ਰਾਜਾ ਵੜਿੰਗ ਵੀ ਗੱਲ ਕਰਦੇ ਆ। ਲੇਕਿਨ ਇੱਕ ਗੱਲ ਇਹ ਵੀ ਆ ਰਹੀ ਹੈ ਕਿ ਅੰਦਰ ਖਾਤੇ ਇਹਨਾਂ ਵੀ ਸਹਿਮਤੀ ਦਿੱਤੀ ਹੈ ਬਾਜਵਾ ਔਰ ਵੜਿੰਗ ਨੇ ਕਿ ਜਿੱਦਾਂ ਹਾਈਕਮਾਂਡ ਚਾਹੇ ਕਰ ਲਏ, ਅਸੀਂ ਕੋਈ ਸਾਨੂੰ ਕੋਈ ਇਤਰਾਜ਼ ਨਹੀਂ, ਔਰ ਇਹ ਵੀ ਚਾਹੁੰਦੇ ਆ ਅੰਦਰ ਖਾਤੇ ਕਿ ਚਲੋ ਹੋ ਜੇ ਤੇ ਚੰਗਾ, ਜੇ 4 ਸੀਟਾਂ ਆ ਜਾਣਗੀਆਂ ਤਾਂ ਗੱਲ ਤੁਰੀ ਰਹੂਗੀ। ਹੁਣ ਮੈਂ ਤੁਹਾਡੇ ਤੋਂ ਇਹੀ ਸਮਝਣਾ ਚਾਹ ਰਿਹਾ ਕਿ ਸਮੁੱਚੇ ਰੂਪ ਦੇ ਵਿੱਚ ਇਸ ਗੱਠਜੋੜ ਦਾ ਪੰਜਾਬ 'ਚ ਵਿਰੋਧ ਹੋ ਰਿਹਾ, ਵਿਰੋਧ ਹੋ ਰਿਹਾ ਜ਼ਮੀਨ ਦੇ ਉੱਤੇ ਜੋ ਸਾਹਮਣੇ ਦਿਸ ਰਿਹਾ। ਲੇਕਿਨ ਸਮਾਨਾਂਤਰ ਢੀਂਡਸਾ ਨੇ ਵੀ 23 ਤਰੀਕ ਨੂੰ ਮੀਟਿੰਗ ਕਾਲ ਕੀਤੀ ਹੈ ਕਿ ਸੁਖਬੀਰ ਬਾਦਲ ਦਾ ਜਿਹੜਾ ਆਵਾਜ਼ ਮਾਰੀ ਹੋਈ ਹੈ ਕਿ ਇਕੱਠੇ ਹੋਈਏ ਸਾਰੇ ਮੁਸ਼ਕਲ ਦੌਰ 'ਚ ਹੈ, ਤੇ ਉਹ ਅੱਗੇ ਬੀਜੇਪੀ ਨਾਲ ਵੀ ਜਿਹੜੀ ਗੱਲਬਾਤ ਮੂਵ ਪਰਦੇ ਪਿੱਛੇ ਗੱਲ ਅਜੇ ਗੱਲ ਤੁਰ ਰਹੀ ਹੈ ਕਿ ਜਿਹੜਾ 20 ਵਾਲਾ ਮਾਰਚ ਹੈ ਉਹਨੂੰ ਇਸੇ ਕਰਕੇ ਮੁਲਤਵੀ ਕੀਤਾ ਗਿਆ ਕਿ ਅਸੀਂ ਕੋਈ ਟਕਰਾਅ 'ਚ ਨਾ ਆਈਏ, ਗੱਲਾਂ ਗੁੱਲਾਂ ਤੁਰਦੀਆਂ ਰਹਿਣ। ਸੋ ਪੰਜਾਬ ਦੀ ਪਿੱਚ ਜਿਹੜੀ ਆ ਉਹ ਇਸ ਵੇਲੇ ਖੇਡਣ ਲਈ ਤਿਆਰ ਆ, ਖੇਡ ਰਹੇ ਆ ਸਾਰੇ। ਰੰਧਾਵਾ ਜੀ, ਨਵਜੋਤ ਸਿੰਘ ਸਿੱਧੂ ਦੀ ਕੱਲ ਦੀ ਰੈਲੀ ਨੂੰ ਲੈ ਕੇ ਜਿਹੜੀ ਅਟਕਲਾਂ ਲਾਈ ਜਾ ਰਹੀ ਸੀ ਵੀ ਨਵਜੋਤ ਸਿੰਘ ਸਿੱਧੂ ਰੈਲੀ ਕਰਕੇ ਹੋ ਰਹੇ ਨੇ ਔਰ ਉਹ ਆਮ ਆਦਮੀ ਪਾਰਟੀ ਨੂੰ ਘੇਰਨਾ ਚਾਹੁੰਦੇ ਨੇ, ਉਹ ਵੀ ਖਾਸ ਕਰਕੇ ਤਦ ਜਦ ਉਹ ਪਹਿਲੇ ਐਡਵੋਕੇਸੀ ਉਹਦੀ ਕਰ ਚੁੱਕੇ ਨੇ। ਉਹ ਲੁਧਿਆਣੇ ਦੇ ਵਿੱਚ ਜਦ ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਅਲਾਇੰਸ ਘੱਟ ਤੋਂ ਘੱਟ ਨੈਸ਼ਨਲ ਲੈਵਲ ਤੇ ਹੋਣਾ ਹੀ ਚਾਹੀਦਾ, ਉਹਦੇ ਵਿੱਚ ਪੰਜਾਬ ਆਲਰੇਡੀ ਇਨਕਲੂਡ ਹੈ। ਕੱਲ ਜਦ ਜਿੱਤੇਗਾ ਪੰਜਾਬ ਬੈਨਰ ਥੱਲੇ ਨਵਜੋਤ ਸਿੰਘ ਸਿੱਧੂ ਉਹਨਾਂ ਰੈਲੀ ਕਰ ਰਹੇ ਸੀ, ਉਹਦੇ ਵਿੱਚ ਵੱਡੇ ਚਿਹਰੇ ਕਾਂਗਰਸ ਦੇ ਨਹੀਂ ਸੀ, ਇਸ ਗੱਲ ਦਾ ਪਤਾ ਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਪਤਾ ਸੀ ਔਰ ਕਾਂਗਰਸ ਨੂੰ ਵੀ, ਸਾਨੂੰ ਵੀ ਪਤਾ ਸੀਗਾ ਵੀ ਉੱਥੇ ਨਹੀਂ ਆਣਗੇ। ਪਰ ਉਸ ਤੋਂ ਬਾਵਜੂਦ ਜਿਹੜਾ ਅਟੈਕ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਤੇ ਰੱਖਿਆ ਜਾਂ ਆਮ ਆਦਮੀ ਪਾਰਟੀ ਤੇ ਰੱਖਿਆ, ਉਹ ਇੱਕ ਬੜਾ ਜ਼ਿਕਰਯੋਗ ਹੈ। ਔਰ ਉਹਦੇ ਵਿੱਚ ਇੱਕ ਗੱਲ ਉਹਨਾਂ ਨੇ ਪੂਰਵ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਨਹੀਂ ਛੱਡਿਆ, ਉਹਨਾਂ ਨੇ ਸਿਰਫ ਚਰਨਜੀਤ ਸਿੰਘ ਚੰਨੀ ਜਿਹੜੇ ਸੂਬੇ ਦੇ ਲੀਡਰ ਸੀ ਉਹਨਾਂ ਦੇ ਉੱਤੇ ਅਟੈਕ ਰੱਖਿਆ ਵੀ ਬੱਕਰੀਆਂ ਚੋਣ ਨਾਲ ਪੰਜਾਬ ਦੀ ਡਿਵੈਲਪਮੈਂਟ ਦੇ ਵਿੱਚ ਕੋਈ ਹਿੱਸੇਦਾਰੀ ਨਹੀਂ ਬਣਦੀ ਔਰ ਉਹਨਾਂ ਨੂੰ ਸੀਰੀਅਸਲੀ ਕਿੱਥੇ ਗਏ ਹੋ। ਹੁਣ ਚੰਨੀ ਉਹਨਾਂ ਦੇ ਬਾਰੇ ਤੋਂ ਸਵਾਲ ਪੁੱਛਦੇ ਨੇ ਕਿੱਥੇ ਗਏ ਮੁੱਖ ਮੰਤਰੀ ਚੰਨੀ, ਯਾਨੀ ਭਗਵੰਤ ਮਾਨ ਉਹਨਾਂ ਦੇ ਖਿਲਾਫ ਗਵਰਨੈਂਸ ਨੂੰ ਲੈ ਕੇ, ਰੇਤੀ ਬਜਰੀ ਦੇ ਵਧੇ ਹੋਏ ਰੇਟਾਂ ਨੂੰ ਲੈ ਕੇ, ਔਰ ਦੂਜੀ ਗੱਲ ਜਿਹੜਾ ਜੇਲ੍ਹਾਂ ਦੇ ਵਿੱਚ ਡਰੱਗ ਸਪਲਾਈ ਨੂੰ ਲੈ ਕੇ ਉਹਨਾਂ ਨੇ ਵੱਡੇ ਮੁੱਦੇ ਜ਼ਰੂਰ ਛੇੜੇ ਨੇ। ਪਰ ਉਹਨਾਂ ਮੁੱਦਿਆਂ ਦੀ ਛੇੜਨ ਦੀ ਵਜ੍ਹਾ ਕੀ ਸੀਗੀ? ਕਿਉਂਕਿ ਉਹ ਅਕਸਰ ਇਹ ਆਪਣੇ ਮੁੱਦੇ ਸਾਰੀ ਪ੍ਰੈਸ ਕਾਨਫਰੰਸ ਦੇ ਵਿੱਚ ਜਾਂ ਜਦ ਵੀ ਉਹ ਪੱਤਰਕਾਰਾਂ ਨੂੰ ਇੰਟਰਵਿਊ ਦਿੰਦੇ ਨੇ ਇਹਨਾਂ ਗੱਲਾਂ ਦੀ ਗੱਲ ਕਰਦੇ ਨੇ। ਪਰ ਕੀ ਲੋੜ ਸੀਗੀ ਕੱਲ ਮਹਿਰਾਜ ਜਾ ਕੇ ਰੈਲੀ ਕਰਕੇ ਇਹਨਾਂ ਮੁੱਦਿਆਂ ਨੂੰ ਦੁਬਾਰਾ ਛੇੜਨ ਦੀ?
ਇਹ ਵੀ ਆਪਣੇ ਆਪ ਵਿੱਚ ਜਿਹੜਾ ਪਰਦੇ ਦੇ ਪਿੱਛੇ ਹੈ, ਪਰਦੇ ਦੇ ਪਿੱਛੇ ਵਾਲੀ ਗੱਲ, ਉਹਦਾ ਇੱਕ ਇੱਕ ਇਲਜ਼ਾਮ ਕਹਿ ਸਕਦੇ ਹੋ, ਕਿਉਂਕਿ ਉਹਨਾਂ ਨੂੰ ਕੋਈ ਹਾਈਕਮਾਨ ਤੋਂ ਇੰਸਟਰਕਸ਼ਨ ਆਈ ਸੀ ਕਿ ਇੱਦਾਂ ਦੀ ਰੈਲੀ ਕਰਕੇ ਆਮ ਆਦਮੀ ਪਾਰਟੀ ਦੇ ਉੱਤੇ ਦਬਾਅ ਬਣਾਓ ਸੀਟ ਸ਼ੇਅਰਿੰਗ ਦੇ ਮੁੱਦੇ ਦੇ ਉੱਤੇ। ਯਾਨੀ ਹੁਣ ਇਹਦੇ ਪਿੱਛੇ ਪਰਦੇ ਦੇ ਪਿੱਛੇ ਵਾਲਾ ਖੇਲ ਉਹ ਬੜਾ ਇੰਪੋਰਟੈਂਸ ਰੱਖਦਾ। ਔਰ ਨਵਜੋਤ ਸਿੰਘ ਸਿੱਧੂ ਦਾ ਅਚਾਨਕ ਇਹ ਫੈਸਲਾ ਕਰਨਾ ਕਿ ਕੱਲ੍ਹ ਜਦ ਬਠਿੰਡੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ ਹੋਏਗੀ ਤੇ ਫਿਰ ਮਹਿਰਾਜ ਦੇ ਵਿੱਚ ਜਾ ਕੇ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਨੂੰ ਘੇਰਦੇ ਨਜ਼ਰ ਆਣਗੇ, ਉਹ ਵੀ ਤਦ ਜਦ ਆਮ ਆਦਮੀ ਪਾਰਟੀ ਦੇ ਨਾਲ ਅਲਾਈਅੰਸ ਨੂੰ ਉਹ ਫੇਵਰ ਕਰਦੇ ਨੇ ਕਿ ਹੋਣਾ ਚਾਹੀਦਾ। ਇਹ ਸਾਰੀ ਇੱਕ ਅਜੀਬ ਜਿਹੀ ਸਥਿਤੀ ਬਣੀ ਹੋਈ ਹੈ, ਤਾਂ ਹੀ ਸਾਰੀ ਗੱਲਾਂ ਨੂੰ ਅਸੀਂ ਪ੍ਰੈਸ਼ਰ ਟੈਕਟਿਕਸ ਦੇ ਤੌਰ ਤੇ ਵੀ ਲੈ ਰਹੇ ਹਾਂ। ਭਾਸਕਰ ਸਾਹਿਬ, ਬਹੁਤ ਵੱਡਾ ਏਰੀਆ, ਬਹੁਤ ਵੱਡਾ ਪਿੰਡ ਆ ਉਹ, 18,000 ਜਾਂ 20,000 ਦੇ ਆਸ ਪਾਸ ਉੱਥੇ ਲੋਕਾਂ ਦੀ ਗਿਣਤੀ, 15,000 ਤੋਂ 20,000 ਤੁਸੀਂ ਮੰਨ ਲਓ, ਔਰ ਉਹ ਭਰਮਾ ਘੱਟ ਸੀਗਾ। ਹੁਣ ਨਵਜੋਤ ਸਿੰਘ ਸਿੱਧੂ ਜਦੋਂ ਉਹ ਆਪਣੇ ਆਪ ਨੂੰ ਪੇਸ਼ ਕਰ ਦਿੰਦੇ ਆ ਕਾਂਗਰਸ ਪਾਰਟੀ ਦਾ, ਤੇ ਜਿੱਥੋਂ ਤੱਕ ਮੇਰੇ ਕੋਲ ਰਿਪੋਰਟ ਹੈ ਜਾਂ ਸਾਡੇ ਸੋਰਸ ਦੱਸਦੇ ਆ, ਉਹ ਤਾਂ ਉਹਨਾਂ ਨੂੰ ਹਾਈਕਮਾਂਡ ਨੇ ਸਮਾਂ ਹੀ ਨਹੀਂ ਦਿੱਤਾ ਪਿਛਲੇ ਕਾਫੀ ਸਮੇਂ ਤੋਂ ਮਿਲਣ ਲਈ। ਜੇ ਅਸੀਂ ਗਲਤ ਹੋਈਏ ਤੇ ਸਿੱਧੂ ਸਾਹਿਬ ਸਾਨੂੰ ਦਰੁਸਤ ਕਰ ਸਕਦੇ ਵੀ ਉਹਨਾਂ ਮੰਗਿਆ ਵੀ ਹੈ ਕਿ ਨਹੀਂ ਜਾਂ ਉਹਨਾਂ ਦਾ, ਲੇਕਿਨ ਇਹ ਮੰਨਿਆ ਗਿਆ ਕਿ ਉਹਨਾਂ 'ਚ ਦਿਲਚਸਪੀ ਨਹੀਂ ਦਿਖਾਈ ਹਾਈਕਮਾਂਡ ਨੇ। ਔਰ ਜੇ ਉਹਨਾਂ ਨੇ ਲਿਖਤੀ ਨਹੀਂ ਭੇਜਿਆ ਕਿ ਮੈਂ ਸਟਾਰ ਕੰਪੇਨਰ ਨਹੀਂ ਬਣਨਾ ਚਾਹੁੰਦਾ ਲੰਘੀ ਇਲੈਕਸ਼ਨ 'ਚ, ਜੇ ਨਹੀਂ ਲਿਖਤੀ ਭੇਜਿਆ ਤਾਂ ਇਹਦਾ ਮਤਲਬ ਹੈ ਕਿ ਕਾਂਗਰਸ ਨੇ ਉਹਨਾਂ ਦੇ ਉਹਨਾਂ 'ਚ ਦਿਲਚਸਪੀ ਨਹੀਂ ਦਿਖਾਈ ਉਹਨਾਂ ਨੂੰ ਬੁਲਾਉਣ ਦੇ ਵਿੱਚ। ਇਹਦਾ ਮਤਲਬ ਕਿ ਉਹਨਾਂ ਦੀ ਸਟਾਰ ਇਮੇਜ ਦੇ ਉੱਤੇ ਵੀ ਪਾਰਟੀ ਨੂੰ ਕੋਈ ਬਹੁਤਾ ਭਰੋਸਾ ਨਹੀਂ। ਕਾਂਗਰਸ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਦੇ ਦਿਨ ਲਗਭਗ ਮੁੱਕ ਗਏ, ਕਿਉਂਕਿ ਜਦੋਂ ਪੀਕ ਤੇ ਸੀਗੇ ਉਹਨਾਂ ਦਿਨਾਂ 'ਚ ਤਾਂ ਚੰਨੀ ਨੂੰ ਚਿਹਰਾ ਬਣਾ ਦਿੱਤਾ, ਨਾ ਇਹਨਾਂ ਦਾ ਏਜੰਡਾ ਲਿਆ ਤੇ ਨਾ ਇਹਨਾਂ ਦਾ ਚਿਹਰਾ ਵਰਤਿਆ ਅਗਲੇ ਨੇ। ਨਤੀਜਾ ਸਿੱਧੂ ਸਾਹਿਬ ਕਹਿਣਗੇ ਕਿ ਵੇਖ ਲਓ ਜੇ ਮੈਨੂੰ ਬਣਾ ਲੈਂਦੇ ਤਾਂ ਸ਼ਾਇਦ ਅਸੀਂ ਮੈਂ ਤੁਹਾਨੂੰ ਹੋਰ ਰਿਜ਼ਲਟ ਦਿੰਦਾ, ਪਰ ਰਿਜ਼ਲਟ ਫਿਰ ਵੀ ਲੋਕ ਸਮਝਦੇ ਕਿ ਇਹੀ ਹੋਣਾ ਸੀ, ਲੋਕ ਤਾਂ ਮਨ ਬਣਾ ਚੁੱਕੇ ਸੀਗੇ। ਸੋ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਹੁਣ ਹੋਰ ਹੈਗੇ ਕਿ ਨਹੀਂ ਹੈਗੇ, ਇਹ ਤਾਂ ਕੰਧ ਤੇ ਲਿਖਿਆ। ਉਹਨਾਂ ਨੇ ਜਿਹੜੇ ਆਪਣੇ ਲੀਡਰ ਆ ਉਹਨਾਂ ਨਾਲ ਮੀਟਿੰਗਾਂ ਵੀ ਕਰ ਰਹੇ ਆ, ਦਿੱਲੀ ਦੇ ਵਿੱਚ ਵੇਨੂ ਗੋਪਾਲ ਨਾਲ, ਮਲਕਰਜਨ ਖੜਗੇ ਨਾਲ, ਫਿਰ ਉਹਨਾਂ ਦੇ ਜਿਹੜੇ ਮੇਨ ਲੀਡਰ ਆ ਦੋ ਤਿੰਨ ਉਹ MPs ਨਾਲ, ਉਹ ਤਾਂ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ। ਨਵਜੋਤ ਸਿੰਘ ਸਿੱਧੂ ਤੱਕ ਤੇ ਨਹੀਂ ਹੈ, ਤਾਂ ਫਿਰ ਨਵਜੋਤ ਸਿੰਘ ਸਿੱਧੂ ਨੂੰ ਪ੍ਰਿਜ਼ਰਵ ਕਰਕੇ ਉਹਨਾਂ ਨੂੰ ਵੱਖਰੇ ਤੌਰ ਤੇ ਸਾਂਭ ਕੇ ਕਿਉਂ ਪਾਰਟੀ ਨੇ ਰੱਖਿਆ ਹੋਇਆ, ਕਿ ਕਿਹੜੇ ਢੁੱਕਵੇਂ ਮੌਕੇ ਤੇ ਉਹਨਾਂ ਨੇ ਵਰਤਣਾ? ਭਾਸਕਰ ਸਾਹਿਬ, ਮੈਨੂੰ ਲੱਗਦਾ ਕਿ ਇਹਦੇ ਅਰਥ ਮੋਟੇ ਤੌਰ ਤੇ ਜੇ ਅਸੀਂ ਅਜੇ ਵੀ ਇਹ ਨਾ ਲਈਏ ਕਿ ਜੇ ਸਿੱਧੂ ਆਪਣੇ ਆਪ ਨੂੰ ਬਤੌਰ ਲੀਡਰ ਪੇਸ਼ ਕਰ ਰਿਹਾ ਕਿ ਮੈਂ ਪੰਜਾਬ ਦੀ ਬੇੜੀ ਬੰਨੇ ਲਾ ਸਕਦਾ ਹੈ, ਤਾਂ ਉਹ ਕਾਂਗਰਸ ਤੋਂ ਵੱਖਰਾ ਚੱਲਣਾ ਚਾਹ ਰਿਹਾ, ਪਰ ਉਹ ਇੱਕ ਵੱਡੀ ਕਨਫਿਊਜ਼ਨ 'ਚ ਨੇ। ਉਹਨਾਂ ਨੂੰ ਆਪ ਨਹੀਂ ਪਤਾ ਕਿ ਉਹ ਕੀ ਕਰ ਰਿਹਾ, ਉਹ ਵਿੱਚ ਨੇ ਕਿ ਬਾਹਰ ਨੇ, ਉਹ ਨਾਲ ਚੱਲਣਗੇ ਕਿ ਵੱਖਰੇ ਚੱਲਣਗੇ। ਮੈਨੂੰ ਲੱਗਦਾ ਕਿ ਉਹ ਸਿਰਫ ਆਪਣੀ ਹੋਂਦ ਬਣਾਈ ਰੱਖਣਾ ਚਾਹੁੰਦੇ ਆ ਕਿ ਮੈਂ ਹਾਂ, ਮੈਂ ਜਿੰਦਾ ਹਾਂ, ਮੈਂ ਸਿਆਸਤ ਵਿੱਚ ਹਾਂ, ਲੋਕ ਭੁੱਲ ਨਾ ਜਾਣ। ਔਰ ਇਹ ਚੀਜ਼ਾਂ ਕਦੇ ਬਹੁਤੀਆਂ ਫਾਇਦੇਮੰਦ ਹੁੰਦੀਆਂ ਨਹੀਂ। ਤੁਸੀਂ ਮਾਸਸ ਦੇ ਨਾਲ, ਤੁਸੀਂ ਨਾਲ ਲੈ ਕੇ ਮਾਸਸ ਨੂੰ ਸਟਰਗਲ ਕਰਦੇ ਨਜ਼ਰ ਆਉਣੇ ਚਾਹੀਦੇ। ਜਿਹੜੇ ਸਿੱਧੂ ਸਾਹਿਬ ਦੀ ਫਿਤਰਤ ਤੋਂ ਪਰੇ ਦੀ ਗੱਲ ਆ, ਭਾਸ਼ਣ ਦਿੱਤਾ ਤੇ ਚਲੇ ਗਏ, ਉਵੇਂ ਹੀ ਆ ਜਿਵੇਂ ਅਸੀਂ ਕੈਮਰੇ ਤੇ ਬੋਲ ਰਹੇ ਹਾਂ, ਇਵੇਂ ਹੀ ਆ। ਤੁਸੀਂ 10,000 ਬੰਦੇ ਦੇ ਸਾਹਮਣੇ ਬੋਲ ਕੇ ਚਲੇ ਜਾਓ, ਜੇ ਕੋਈ ਬਾਅਦ ਦੇ ਵਿੱਚ ਤੁਹਾਨੂੰ ਰਾਬਤਾ ਕਰਨਾ ਚਾਹੇ ਤਾਂ ਕੋਈ ਨਾ ਕਰ ਸਕੇ। ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਲਈ ਇਹ ਬਹੁਤ ਅਜੀਬੋ ਗਰੀਬ ਸਥਿਤੀ ਆ, ਉਹਨਾਂ ਪੋਲਿਟਿਕਸ 'ਚ ਰਹਿਣਾ ਜਾਂ ਨਹੀਂ ਰਹਿਣਾ ਉਹਨਾਂ ਨੂੰ ਫੈਸਲਾ ਕਰਨਾ ਹੋਊਗਾ, ਅਦਰਵਾਈਜ਼ ਸ਼ਾਇਦ ਲੋਕ ਹੁਣ ਭਾਸ਼ਣਾਂ ਤੇ ਇਤਬਾਰ ਨਹੀਂ ਕਰਦੇ। ਮੇਰਾ ਖਿਆਲ ਤੁਸੀਂ ਵੀ ਐਵੇਂ ਸੋਚ ਰਹੇ ਹੋ ਜੀ। ਬਿਲਕੁਲ ਬਿਲਕੁਲ, ਕੱਲ ਦੀ ਰੈਲੀ ਦਾ ਇੱਕ ਇਹ ਮਤਲਬ ਵੀ ਨਿਕਲਦਾ ਜਿਹੜੀ ਗੱਲ ਤੁਸੀਂ ਕਰ ਰਹੇ ਹੋ। ਔਰ ਸਿੱਧੂ ਹੋਣਾ ਆਪਣੀ ਹਾਈਕਮਾਨ ਨੂੰ ਇੱਕ ਨਿਰਦੇਸ਼ ਜਾਂ ਇੱਕ ਸੰਦੇਸ਼ ਦੇਣਾ ਚਾਹ ਰਹੇ ਨੇ ਕਿ ਮੈਂ ਹੂੰ ਨਾ। ਯਾਨੀ ਪੰਜਾਬ ਦੇ ਵਿੱਚ ਜਦ ਲੀਡਰਸ਼ਿਪ ਕ੍ਰਾਈਸਿਸ, ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਦੇ ਖਿਲਾਫ ਇੱਕ ਕੈਂਪੇਨ ਜੀ ਚੱਲੀ ਸੀ ਪਿੱਛੇ, ਔਰ ਇਹ ਗੱਲਾਂ ਉੜ ਵੀ ਗਈ ਸੀ ਕਿ ਪੰਜਾਬ ਦੇ ਵਿੱਚ ਪ੍ਰਧਾਨ ਚੇਂਜ ਹੋਣਾ। ਨਵਜੋਤ ਸਿੰਘ ਸਿੱਧੂ ਉਹਨਾਂ ਦਾ ਨਾਂ ਚੱਲਿਆ ਤੇ ਸੀਗਾ, ਪਰ ਇੰਨਾ ਉੱਚਾ ਨਹੀਂ ਗਿਆ ਜਿਹਦੇ ਰਾਹੀਂ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਅਕਸ ਸਾਫ਼ ਦਿਖਾਈ ਦੇ। ਕੱਲ੍ਹ ਦੀ ਰੈਲੀ ਦਾ ਮਤਲਬ ਮੈਂ ਹੂੰ ਨਾ, ਇਹ ਗੱਲ ਪਾਰਟੀ ਹਾਈਕਮਾਨ ਨੂੰ ਦੱਸਣ ਦੀ ਵੀ ਇੱਕ ਇੱਕ ਮੋਟਿਵ ਹੋ ਸਕਦਾ ਹੈ, ਔਰ ਇਹ ਗੱਲ ਮੋਟਿਵ ਨਜ਼ਰ ਵੀ ਆਉਂਦਾ ਹੈ। ਕਿਉਂਕਿ ਜਦ ਸਾਰੀ ਕਾਂਗਰਸ ਉਸ ਰੈਲੀ ਦਾ ਬਾਈਕਾਟ ਕਰ ਰਹੀ ਹੈ, ਔਰ ਇੱਥੇ ਤੱਕ ਵੀ ਖਬਰਾਂ ਨਿਕਲ ਕੇ ਆਈਆਂ
ਕਿ ਕਾਂਗਰਸ ਦੀ ਸੂਬੇ ਦੀ ਲੀਡਰਸ਼ਿਪ ਨੇ ਆਪਣੇ ਪਾਰਟੀ ਦੇ ਵਰਕਰਾਂ ਨੂੰ ਲੀਡਰਾਂ ਨੂੰ ਰੋਕਿਆ ਕਿ ਉੱਥੇ ਨਾ ਜਾਣਾ। ਉਸ ਤੋਂ ਬਾਵਜੂਦ ਵੀ ਜਿਹੜੇ ਹਾਸ਼ੀਆ ਤੇ ਗਏ ਹੋਏ ਲੀਡਰ ਉੱਥੇ ਗਏ ਜ਼ਰੂਰ, ਪਰ ਉੱਥੇ ਕੋਈ ਵੱਡੇ ਲੀਡਰ ਦਾ ਨਾ ਹੋਣਾ। ਔਰ ਨਵਜੋਤ ਸਿੰਘ ਸਿੱਧੂ ਦਾ ਆਪਣੀ ਸਪੀਚ ਦੇ ਵਿੱਚ ਇਹ ਗੱਲ ਕਹਿਣਾ ਕਿ ਪੰਜਾਬ ਨੂੰ ਹੁਣ ਮਹਾਰਾਜਾ ਰਣਜੀਤ ਸਿੰਘ ਵਰਗੇ ਲੀਡਰ ਦੀ ਲੋੜ ਹੈ, ਔਰ ਆਪਣੇ ਆਪ ਨੂੰ ਹੀ ਅਣਕਹੇ ਤਰੀਕੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਲੀਡਰਸ਼ਿਪ ਨਾਲ ਕੰਪੇਅਰ ਕਰਨਾ, ਇਹ ਆਪਣੇ ਆਪ ਵਿੱਚ ਆਪਣੀ ਸੈਲਫ ਪ੍ਰੋਜੈਕਸ਼ਨ ਵਾਦ ਦਾ ਮਾਮਲਾ ਵੀ ਹੈਗਾ। ਹੁਣ ਇਸ ਸੈਲਫ ਪ੍ਰੋਜੈਕਸ਼ਨ ਤੋਂ ਬਾਅਦ ਕੀ ਪਾਰਟੀ ਹਾਈਕਮਾਨ ਸਿੱਧੂ ਉਹਨਾਂ ਦੀ ਹੋਂਦ ਨੂੰ, ਕਿਉਂਕਿ ਪਾਰਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਬਹੁਤ ਟਾਈਮ ਤੋਂ ਹਾਸ਼ੀਆ ਤੇ ਚਲੇ ਗਏ ਸੀ, ਔਰ ਨਵਜੋਤ ਸਿੰਘ ਸਿੱਧੂ ਨੂੰ ਕੋਈ ਵੱਡਾ ਰੋਲ ਦੇਣਾ ਹੈ ਨਹੀਂ ਦੇਣਾ, ਜਦ ਉਹ ਜੇਲ੍ਹ ਦੇ ਸੀ ਤਦ ਤੇ ਗੱਲ ਚੱਲਦੀ ਸੀ ਕਿ ਪ੍ਰਿਅੰਕਾ ਗਾਂਧੀ ਨੇ ਕੋਈ ਮੈਸੇਜ ਭੇਜਿਆ ਹੈ, ਉਸ ਮੈਸੇਜ ਦੇ ਹਿਸਾਬ ਨਾਲ ਜਦ ਬੇਲ ਤੋਂ ਬਾਹਰ ਆਣਗੇ ਤੇ ਉਹਨਾਂ ਨੂੰ ਵੱਡਾ ਅਹੁਦਾ ਦਿੱਤਾ ਜਾਏਗਾ। ਪਰ ਹਜੇ ਤੱਕ ਵੱਡਾ ਅਹੁਦਾ ਨਾ ਮਿਲਣਾ ਔਰ ਨਵਜੋਤ ਸਿੰਘ ਸਿੱਧੂ ਦਾ ਇੱਕ ਵੱਖਰੀ ਰਾਹ ਤੇ ਜਿੱਤੇਗਾ ਪੰਜਾਬ ਬੈਨਰ ਤਲੇ ਇੱਕ ਰੈਲੀ ਕਰਨਾ, ਦੋ ਤਰੀਕੇ ਦਾ ਸੰਦੇਸ਼ ਹੈ ਪਾਰਟੀ ਨੂੰ, ਇੱਕ ਤੇ ਮੈਂ ਹੂੰ ਨਾ, ਦੂਜੀ ਗੱਲ ਜੇ ਕੋਈ ਨਵਾਂ ਪਲੇਟਫਾਰਮ ਵੀ ਤਿਆਰ ਕਰਨਾ ਹੋਇਆ ਉਹਦੇ ਵਾਸਤੇ ਵੀ ਇੱਕ ਨੀਂਹ ਦਾ ਪੱਥਰ ਰੱਖਣ ਦੀ ਗੱਲ ਇਸ ਰੈਲੀ ਨੂੰ ਤੁਸੀਂ ਦੇਖ ਸਕਦੇ। ਨਵਜੋਤ ਸਿੰਘ ਸਿੱਧੂ ਲਈ ਔਖਾ ਰਾਹ ਹੈ, ਮਹੀਨੇ ਦੋ ਬਚੇ ਨੇ ਲੋਕ ਸਭਾ ਦੀ ਇਲੈਕਸ਼ਨ ਦੇ ਪੀਕ ਤੇ ਜਾਣ ਦੇ, ਮਾਰਚ ਅਸੀਂ ਬਹੁਤ ਸਿਖਰ ਦੇਖਾਂਗੇ, ਮਾਰਚ ਅਪ੍ਰੈਲ। ਸੋ ਮੈਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਇੰਨੇ ਥੋੜੇ ਸਮੇਂ ਦੇ ਵਿੱਚ ਕੁਝ ਵੀ ਨਹੀਂ ਕਰ ਸਕਣਗੇ ਇਸ ਇਲੈਕਸ਼ਨ 'ਚ, ਸੋ ਅਜੇ ਕਾਂਗਰਸ 'ਚੋਂ ਬਣੇ ਰਹਿਣਗੇ ਇੰਝ ਲੱਗ ਰਿਹਾ। ਲੇਕਿਨ ਕਾਂਗਰਸ ਉਹਨਾਂ ਨੂੰ ਬਣਾਈ ਰੱਖਦੀ ਹੈ ਕਿ ਨਹੀਂ, ਇਹ ਸਵਾਲ ਆ ਕਿ ਉਹਨਾਂ ਨੂੰ ਕੋਈ ਪੁੱਛ ਗਿੱਛ ਉਹਨਾਂ ਦੀ ਹੁੰਦੀ ਕਿ ਨਹੀਂ। ਵੈਸੇ ਤੁਹਾਨੂੰ ਭਾਸਕਰ ਸਾਹਿਬ ਯਾਦ ਹੋਵੇ ਤਾਂ ਇੱਕ ਇਲੈਕਸ਼ਨ, ਪੁਰਾਣੀ ਇਲੈਕਸ਼ਨ ਜਦੋਂ ਇਹਨਾਂ ਨੇ ਜਲੰਧਰ ਤੋਂ MLA ਪ੍ਰਗਟ ਸਿੰਘ ਔਰ ਬੈਂਸ ਭਰਾਵਾਂ ਨਾਲ ਰਲ ਕੇ ਇੱਕ ਮੋਰਚਾ ਜਿਹਾ ਖੜਾ ਕਰ ਲਿਆ ਸੀ, ਤਾਂ ਆਖਰ ਦੇ ਵਿੱਚ ਉਹਦੇ ਵਿੱਚ ਵੀ ਅਨਾਊਂਸਮੈਂਟ ਇਹਨਾਂ ਨੇ ਇਹੀ ਕੀਤੀ ਸੀ ਕਿ ਇਲੈਕਸ਼ਨ 'ਚ ਸਮਾਂ ਬੜਾ ਘੱਟ ਬਚਿਆ, ਅਸੀਂ ਨਹੀਂ ਚਾਹੁੰਦੇ ਕਿ ਸਾਡੇ ਉਤਰਨ ਨਾਲ ਕਿਸੇ ਅਕਾਲੀਆਂ ਨੂੰ ਫਾਇਦਾ ਹੋ ਜਾਵੇ। ਉਦੋਂ ਉਹਨਾਂ ਨੇ ਸਾਫ਼ ਕਿਹਾ ਸੀ ਵੀ ਅਕਾਲੀਆਂ ਨੂੰ ਫਾਇਦਾ ਹੋ ਜਾਵੇ, ਜਿੱਦਾਂ ਮਨਪ੍ਰੀਤ ਬਾਦਲ ਦੇ 2012 'ਚ ਉਤਰਨ ਨਾਲ ਅਕਾਲੀ ਦਲ ਦੁਬਾਰਾ ਸਰਕਾਰ ਬਣਾ ਗਿਆ ਸੀ, ਇਹਨਾਂ ਨੇ ਜਿਹੜੀ ਵੋਟ ਹੈ ਮਨਪ੍ਰੀਤ ਬਾਦਲ ਨੇ ਉਹ ਕਾਂਗਰਸ ਦੀ ਖਰਾਬ ਕੀਤੀ ਸੀਗੀ। ਸੋ ਉਹ ਕਾਂਗਰਸ ਚਲੇ ਗਏ ਸੀ ਇਹ ਕਹਿ ਕੇ ਸਿੱਧੂ ਸਾਹਿਬ। ਸੋ ਮੈਨੂੰ ਲੱਗਦਾ ਕਿ ਸਿੱਧੂ ਸਾਹਿਬ ਦੀ ਟਾਈਮਿੰਗ ਵੀ ਮੈਨੂੰ ਕੋਈ ਬਹੁਤ ਹੀ ਜਚੀ ਨਹੀਂ ਕਿ ਉਹ ਜੋ ਕਰ ਰਹੇ ਆ, ਸਿਰਫ ਆਪਣੀ ਹੋਂਦ ਹਾਜ਼ਰੀ ਬਣਾਈ ਰੱਖਣ ਦਾ ਇੱਕ ਤਰੀਕਾ ਹੈ। ਪਰ ਅਸੀਂ ਇਹਦੇ 'ਚ ਇੱਕ ਛੋਟੀ ਜਿਹੀ ਗੱਲ ਜੇ ਢੀਂਡਸਾ ਸਾਹਿਬ ਦੀ ਨਹੀਂ ਕਰਦੇ, ਪਹਿਲੇ ਦਿਨ ਤਾਂ ਇੰਝ ਲੱਗਿਆ ਸੀ, ਮੇਰੀ ਵੀ ਗੱਲ ਢੀਂਡਸਾ ਸਾਹਿਬ ਨਾਲ ਹੋਈ ਸੀਗੀ, ਢੀਂਡਸਾ ਸਾਹਿਬ ਇੰਝ ਸ਼ੋਅ ਕਰ ਰਹੇ ਸੀਗੇ ਕਿ ਉਹ ਖੁਸ਼ ਨੇ ਕਿ ਉਹਨਾਂ ਨੇ ਸੁਖਬੀਰ ਬਾਦਲ ਨੇ ਮਾਫ਼ੀ ਮੰਗ ਲਈ, ਔਰ ਉਹ ਕਹਿੰਦੇ ਅਸੀਂ ਮੰਗ ਕਰਦੇ ਆ ਰਹੇ ਸੀ ਕਿ ਮਾਫ਼ੀ ਮੰਗੀ ਜਾਵੇ। ਫਿਰ ਥੋੜ੍ਹੀ ਜਿਹੀ ਗੱਲ ਗਾਂਹ ਚੱਲੀ ਕਿ ਅਖੇ ਇੱਕ ਮੀਟਿੰਗ ਹੋ ਗਈ ਜਥੇਦਾਰ ਮਰਹੂਮ ਰਣਜੀਤ ਸਿੰਘ ਤਲਵੰਡੀ ਦੇ ਭੋਗ ਮੌਕੇ ਤੇ, ਇੱਕ ਬੰਦ ਕਮਰਾ ਮੀਟਿੰਗ 3-4 ਵੱਡੇ ਆਗੂਆਂ ਦੀ ਹੋ ਗਈ। ਇੰਝ ਲੱਗਣ ਲੱਗ ਪਿਆ ਸੀ ਵੀ ਕਿਸੇ ਦਿਨ ਵੀ ਸੁਖਬੀਰ ਸਿੰਘ ਬਾਦਲ ਨਿਕਲਣਗੇ ਤੇ ਢੀਂਡਸਾ ਸਾਹਿਬ ਦੀ ਕੋਠੀ 'ਚ ਵੜਦੇ ਹੋਏ ਦਿਸਣਗੇ, ਮਤਲਬ ਫਿਰ ਉਸ ਤੋਂ ਬਾਅਦ ਬਾਹਰ ਆ ਕੇ ਦੋਨੇ ਹੱਥ ਮਿਲਾਉਣਗੇ ਤੇ ਉਹ ਗੋਡੀ ਹੱਥ ਲਾਉਣਗੇ ਸੁਖਬੀਰ ਜੀ, ਤੇ ਫੋਟੋ ਨਿਕਲਾਊਗੀ ਕਿ ਮੀਟਿੰਗ ਕੀਤੀ, ਤੇ ਉਸ ਤੋਂ ਬਾਅਦ ਅਗਲੀ ਗੱਲ ਅੱਗੇ ਤੁਰੂਗੀ। ਪਰ ਹੁਣ ਜਿਹੜੀ ਇਹ ਮੀਟਿੰਗ ਸੱਦੀ ਗਈ ਆ ਔਰ ਇਹ ਕਿਹਾ ਗਿਆ ਕਿ ਉਹਨਾਂ ਨੂੰ ਪ੍ਰਧਾਨਗੀ ਵੀ ਛੱਡਣੀ ਚਾਹੀਦੀ ਆ ਔਰ ਇਹ ਸਾਰੀਆਂ ਚੀਜ਼ਾਂ ਹੌਲੀ ਹੌਲੀ, ਮੈਨੂੰ ਲੱਗਦਾ ਕਿ BJP ਅਹਿਮ ਰੋਲ 'ਚ ਹੈ ਅਕਾਲੀ ਦਲ ਦੀ ਮੁੜ ਸੁਰਜੀਤੀ ਦੇ ਵਿੱਚ ਵੀ। ਹੁਣ ਇਹ ਜਿਹੜੀ ਗੁਪਤ ਜੀ ਖੇਡ ਆ ਸਾਰੀ, ਇਹਨੂੰ ਕਿਹੜੀ ਤਸਵੀਰ ਨਾਲ ਮੇਚ ਲਿਆਈਏ, ਕਿੱਦਾਂ ਇਹਨੂੰ ਮਾਪੀਏ ਕਿਹੜੀ ਤਸਵੀਰ ਨਾਲ, ਕਿ ਪਰਦੇ ਪਿੱਛੇ ਕੀ ਹੋ ਰਿਹਾ? ਜਿੱਥੇ ਤੱਕ ਤੁਹਾਡੀ ਉਹ ਗੱਲ ਹੈਗੀ ਹੈ ਕਿ ਢੀਂਡਸਾ ਸਾਹਿਬ ਦੇ ਘਰ ਬਾਦਲ ਸਾਹਿਬ ਜਾਣਗੇ ਔਰ ਉੱਥੋਂ ਜਾ ਕੇ ਬਾਹਰ ਨਿਕਲ ਕੇ ਜੱਫੀਆਂ ਪਾਣਗੇ ਔਰ ਹਾਥੇ ਲਾਣਗੇ ਕਿ ਆਪਾਂ ਰਲ ਗਏ। ਗੱਲ ਤੇ ਰੰਧਾਵਾ ਜੀ ਉਦਾਂ ਹੀ ਹੋਣੀ ਹੈ, ਭਾਵੇਂ ਥੋੜੀ ਜਿਹੀ ਡਿਲੇ ਜ਼ਰੂਰ ਹੋ ਗਈ ਹੋਏ, ਔਰ ਗੱਲ ਅਸੀਂ ਜਦ ਪ੍ਰੈਸ਼ਰ ਟੈਕਟਿਕਸ ਦੀ ਕਰਦੇ ਹਾਂ, ਆਮ ਆਦਮੀ ਪਾਰਟੀ ਦੇ ਇਲਜ਼ਾਮ ਜਾਂ ਕਾਂਗਰਸ ਦਾ ਵਿਰੋਧ ਜਾਂ ਕਾਂਗਰਸ ਦਾ ਆਮ ਆਦਮੀ ਪਾਰਟੀ ਦਾ ਵਿਰੋਧ, ਉਹ ਸਾਰੀ ਗੱਲਾਂ ਨੂੰ ਜਦ ਅਸੀਂ ਪ੍ਰੈਸ਼ਰ ਟੈਕਟਿਕਸ ਦੇ ਤੌਰ ਤੇ ਦੇਖਦੇ ਹਾਂ, ਜਾਂ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਕੱਲ੍ਹ ਦੀ ਰੈਲੀ ਨੂੰ
ਪਾਰਟੀ ਹਾਈਕਮਾਨ ਦੇ ਉੱਤੇ ਪ੍ਰੈਸ਼ਰ ਟੈਕਟਿਕਸ ਦੇ ਤੌਰ ਤੇ ਦੇਖਦੇ ਹਾਂ ਤੇ ਇਦਾਂ ਹੀ ਢੀਂਡਸਾ ਸਾਹਿਬ ਦੇਖੋ ਸੁਖਬੀਰ ਸਿੰਘ ਉਹਨਾਂ ਨੇ ਮਾਫੀ ਮੰਗੀ ਸੁਖਬੀਰ ਬਾਦਲ ਉਹਨਾਂ ਨੇ ਉਹਦੇ ਪਿੱਛੇ ਇੱਕ ਸਕ੍ਰਿਪਟ ਸੀਗੀ ਉਹ ਸਕ੍ਰਿਪਟ ਦੀ ਗੱਲਾਂ ਅਸੀਂ ਪਹਿਲੇ ਵੀ ਕਰ ਚੁੱਕੇ ਹਾਂ ਔਰ ਉਸ ਤੋਂ ਬਾਅਦ ਢੀਂਡਸਾ ਸਾਹਿਬ ਦੁਬਾਰਾ ਅਕਾਲੀ ਦਲ ਜੁਆਇਨ ਕਰਨਗੇ ਇਹਦੀ ਵੀ ਗੱਲਾਂ ਚੱਲ ਰਹੀ ਹੈ ਇਹਦੇ ਵਿੱਚ ਕੱਲ ਉਹਨਾਂ ਨੇ ਇੱਕ ਬਿਆਨ ਦਿੱਤਾ ਵੀ December 23 ਨੂੰ ਅਸੀਂ ਮੀਟਿੰਗ ਕਰਾਂਗੇ ਔਰ ਬੀਜੇਪੀ ਨੂੰ ਵੀ ਪੁੱਛਾਂਗੇ ਬੀਜੇਪੀ ਨੂੰ ਵੀ ਪੁੱਛਾਂਗੇ ਕਿਉਂਕਿ ਅਸੀਂ NDA ਦੇ ਪਾਰਟਨਰ ਹੈਗੇ ਹਾਂ ਕਿ ਵੀ ਇਹ ਅਲਾਇੰਸ ਕਰ ਲਈਏ ਨੇ ਕਰ ਲਈਏ ਹਾਂ ਜਦ ਉਹਨਾਂ ਨੇ ਅਕਾਲੀ ਦਲ ਛੱਡਿਆ ਸੀਗਾ ਤਦ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਲੀਡਰਸ਼ਿਪ ਦੇ ਉੱਤੇ ਸਵਾਲ ਉਠਾਏ ਸੀ ਔਰ ਇਹ ਵੀ ਕਿਹਾ ਸੀਗਾ ਕਿ ਸੁਖਬੀਰ ਅਗਰ ਪ੍ਰਧਾਨਗੀ ਛੱਡੇ ਤੇ ਫਿਰ ਮੈਂ ਅਕਾਲੀ ਦਲ ਦੇ ਵਿੱਚ ਰਹਿ ਸਕਦਾ ਕੱਲ ਵੀ ਉਹਨਾਂ ਨੇ ਇਸ ਗੱਲ ਨੂੰ ਦੁਹਰਾਇਆ ਜ਼ਰੂਰ ਪਰ ਦਬੀ ਜ਼ੁਬਾਨ ਦੇ ਵਿੱਚ ਮਾਫ ਜਿਹੜੀ ਮਾਫੀ ਉਹਨਾਂ ਨੇ ਮੰਗੀ ਉਹਦੀ ਤਾਰੀਫ ਕੀਤੀ ਹੈ 23 ਤਰੀਕ ਨੂੰ ਇੱਕ ਫਾਰਮੈਲਿਟੀ ਵਾਲੀ ਮੀਟਿੰਗ ਜ਼ਰੂਰ ਹੋਣੀ ਹੈ ਉਸ ਮੀਟਿੰਗ ਤੋਂ ਬਾਅਦ ਫੈਸਲਾ ਇਹੀ ਲਿਆ ਜਾਏਗਾ ਕਿ ਵੀ ਅਸੀਂ ਚਲੋ ਹੱਥ ਮਿਲਾ ਕੇ ਗਲੇ ਮਿਲ ਕੇ ਅਕਾਲੀ ਦਲ ਨੂੰ ਰੀਯੂਨੀਅਨ ਕਰ ਰਹੇ ਹਾਂ ਬੀਬੀ ਜਗੀਰ ਕੌਰ ਉਹਨਾਂ ਦਾ ਇਹ ਕਹਿਣਾ ਤੇ ਸੀਗਾ ਪਹਿਲੇ ਕਿ ਮੈਂ ਤੇ ਕੱਢੀ ਹੋਈ ਹਾਂ ਮੈਂ ਕੋਈ ਪਾਰਟੀ ਛੱਡੀ ਨਹੀਂ ਹੋਈ ਉਸ ਮੁੱਦੇ ਦੇ ਉੱਤੇ ਵੀ ਗੱਲਬਾਤ ਅੱਗੇ ਤੁਰੇਗੀ ਔਰ ਸ਼ਾਇਦ ਜਿਹੜਾ ਹੈ ਰੀਯੂਨੀਅਨ ਹੋਏਗਾ ਉਹ ਰੀਯੂਨੀਅਨ ਦੇ ਵਿੱਚ ਸਾਰੇ ਲੀਡਰ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਗੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਕਾਲੀ ਦਲ ਦੀ ਇੰਟਰਨਲ ਪੋਲਿਟਿਕਸ ਫੇਰ ਇੱਕ ਵਾਰ ਗਰਮਾਏਗੀ ਉਸ ਗਰਮਾਏਗੀ ਕਿੰਨੀ ਦੇਰ ਬਾਅਦ ਗਰਮਾਏਗੀ ਲੋਕ ਸਭਾ ਇਲੈਕਸ਼ਨ ਦੀ ਵੇਟ ਹੁੰਦੀ ਹੈ ਉਸ ਤੋਂ ਬਾਅਦ ਹੈ ਅਗਲਾ ਸਿਲਸਿਲਾ Part 2 ਸ਼ੁਰੂ ਹੁੰਦਾ ਹੈ ਲੇਕਿਨ ਫਿਲਹਾਲ ਇਕੱਠੇ ਹੋਣ ਦੀ ਤਿਆਰੀ ਹੋ ਗਈ ਹੈ ਇਕੱਠੇ ਹੋਣ ਤੋਂ ਬਾਅਦ ਪੋਲੀਟੀਕਲੀ ਕਿੰਨਾ ਕੁ ਫਾਇਦਾ ਹੋਏਗਾ ਇਹ ਹਜੇ ਵੀ ਇੱਕ ਸਵਾਲ ਬਣ ਕੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਵਿਚਰ ਰਿਹਾ ਤੁਹਾਡਾ ਮਤਲਬ ਹੈ ਕਿ 23 ਤਰੀਕ ਦੀ ਮੀਟਿੰਗ ਤੋਂ ਬਾਅਦ ਕਿਸੇ ਵੇਲੇ ਵੀ ਸੁਖਬੀਰ ਸਿੰਘ ਬਾਦਲ ਢੀਂਡਸਾ ਦੀ ਕੋਠੀ ਆ ਸਕਣਗੇ ਆ ਜਾਣਗੇ ਮਤਲਬ ਇਹੀ ਫਾਰਮੂਲਾ ਕੱਢਿਆ ਜਾਏਗਾ ਕਿ ਸੁਖਬੀਰ ਵਿਅਕਤੀਗਤ ਤੌਰ ਤੇ ਆ ਕੇ ਢੀਂਡਸਾ ਸਾਹਿਬ ਨੂੰ ਬੇਨਤੀ ਕਰਨ ਆਸ਼ੀਰਵਾਦ ਲੈਣ ਸੋ ਕਹਾਣੀ ਇੰਨੀ ਕੀ ਆ ਪਰ ਮੈਨੂੰ ਲੱਗਦਾ ਵੀ ਇਸ ਕਹਾਣੀ ਦੇ ਨਾਲ ਵੀ ਅੱਗੇ ਗੱਲ ਕਿੰਨੀ ਤੁਰੇਗੀ ਇਹ ਸ਼ੱਕ ਦੇ ਦਾਇਰਿਆਂ 'ਚ ਤੁਸੀਂ ਕਹਿ ਦਿੱਤੀ ਹੈ ਅਸੀਂ ਪੋਲਿਟਿਕਸ ਨੂੰ ਥੋੜੀ ਦੇਰ ਲਈ ਜੇ ਵਿਰਾਮ ਦਈਏ ਤਾਂ ਪੰਜਾਬ ਦੇ ਮੁੱਦੇ ਜਿਹੜੇ ਉਠਾ ਰਹੀਆਂ ਵਿਰੋਧੀ ਧਿਰਾਂ ਉਹਨਾਂ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕੱਲ ਯੂਥ ਕਾਂਗਰਸ ਵਾਲੇ ਵੀ ਕਾਫੀ ਗਰਮ ਹੋਏ ਫਿਰਦੇ ਸੀਗੇ ਹਾਲਾਂਕਿ ਉਹਨਾਂ ਦੀ ਹਾਜ਼ਰੀ ਅੱਜ ਕੱਲ ਕੋਈ ਰੜਕ ਵੀ ਨਹੀਂ ਹੁੰਦੀ ਯੂਥ ਕਾਂਗਰਸ ਯੂਥ ਅਕਾਲੀ ਦਲ ਇਹ ਯੂਥ ਅਕਾਲੀ ਦਲ ਨੇ ਤੇ ਪਿੱਛੇ ਬਹੁਤ ਰੈਲੀਆਂ ਕੀਤੀਆਂ ਨੇ ਪਰ ਯੂਥ ਕਾਂਗਰਸ ਜਿਹੜੀ ਆ ਉਹ ਇਲੈਕਸ਼ਨਸ ਤੋਂ ਬਾਅਦ ਵੀ ਉਨੀ ਐਕਟਿਵ ਨਹੀਂ ਹੋ ਸਕੀ ਕੱਲ ਉਹਨਾਂ ਦਾ ਇੱਕ ਮਜ਼ਾਰਾ ਜਿਹਾ ਮੈਂ ਦੇਖ ਰਿਹਾ ਸੀਗਾ ਉਹਦੇ ਵਿੱਚ ਉਹਨਾਂ ਨੇ ਅਮਨ ਕਾਨੂੰਨ ਦੀ ਸਥਿਤੀ ਤੇ ਬਾਕੀ ਚੀਜ਼ਾਂ ਦੇ ਉੱਤੇ ਗੱਲ ਕੀਤੀ ਜੇ ਅਸੀਂ ਪਲ ਦੀ ਪਲ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਦੇ ਨਜ਼ਰੀਏ ਤੋਂ ਪੰਜਾਬ ਦੇ ਵਿੱਚ ਵਾਪਰੀਆਂ ਘਟਨਾਵਾਂ ਜਿਨ੍ਹਾਂ ਦੇ ਵਿੱਚ ਪੁਲਿਸ ਦਾ ਹੱਥ ਉੱਪਰ ਨਜ਼ਰ ਆ ਰਿਹਾ ਕੁਝ ਦਿਨਾਂ ਤੋਂ ਔਰ ਹਰ ਜਗ੍ਹਾ ਜਿੱਥੇ ਕਿਸੇ ਨੂੰ ਫੜਿਆ ਜਾ ਰਿਹਾ ਉੱਥੇ ਗੋਲੀ ਜ਼ਰੂਰ ਚੱਲਦੀ ਦਿਸ ਰਹੀ ਹੈ ਤਾਂ ਇਹਨੂੰ ਇਹਦੇ ਸੰਦਰਭ ਨੂੰ ਮੁੱਖ ਮੰਤਰੀ ਦੇ ਬਿਆਨ ਨਾਲ ਵੀ ਜੋੜ ਸਕਦੇ ਹਾਂ ਸੋ ਭਾਸਕਰ ਸਾਹਿਬ ਇਹਦੇ ਦੋ ਧਰਾਵਾਂ 'ਚ ਲੋਕ ਵੰਡੇ ਦਿਸਦੇ ਆ ਬਹੁ ਗਿਣਤੀ ਲੋਕ ਕਹਿ ਰਹੇ ਨੇ ਕਿ ਹਾਂ ਠੀਕ ਆ ਇਹ ਐਕਸਟੋਰਸ਼ਨ ਇਹ ਸਨੈਚਿੰਗ ਇਹ ਅਣਸੁਰੱਖਿਆ ਇਹ ਮਾਹੌਲ ਮੁੱਕਣਾ ਚਾਹੀਦਾ ਲੇਕਿਨ ਨਾਲ ਦੀ ਨਾਲ ਕੁਝ ਲੋਕ ਇਹ ਫਿਕਰ ਵੀ ਜ਼ਾਹਰ ਕਰ ਰਹੇ ਆ ਕਿ ਜੇ ਪੁਲਿਸ ਨੂੰ ਬੇਸ਼ੁਮਾਰ ਤਾਕਤਾਂ ਦਿੱਤੀਆਂ ਤਾਂ ਅਤੀਤ ਵਾਂਗ ਕਿਤੇ ਇਹ ਬੇਲਗਾਮ ਨਾ ਹੋ ਜੇ ਬੇ ਆਪ ਮੁਹਾਰੀ ਹੋ ਕੇ ਫਿਰ ਸੁਸਾਇਟੀ ਦੇ ਵਿੱਚ ਜਿਹੜਾ ਸਰਕਾਰੀ ਟੈਰਰ ਹੁੰਦਾ ਸਟੇਟ ਦਾ ਟੈਰਰ ਉਹਦਾ ਇੱਕ ਮਾਹੌਲ ਨਾ ਬਣ ਜੇ ਇਹ ਵੀ ਨਾਲ ਨਾਲ ਦੋ ਤਰ੍ਹਾਂ ਦੇ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਰੰਧਾਵਾ ਜੀ March 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਔਰ ਮਈ ਦੇ ਵਿੱਚ May 29 ਨੂੰ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ ਤਦ ਤੋਂ ਲੈ ਕੇ ਅੱਜ ਤੱਕ ਆਮ ਆਦਮੀ ਪਾਰਟੀ ਅਮਨ ਕਾਨੂੰਨ ਦੇ ਮੁੱਦੇ ਦੇ ਉੱਤੇ ਘਿਰਦੀ ਨਜ਼ਰ ਆਉਂਦੀ ਹੈ ਔਰ ਆਪੋਜੀਸ਼ਨ ਪਾਰਟੀ ਦਾ ਹਮੇਸ਼ਾ ਅਟੈਕ ਲਾਅ ਐਂਡ ਆਰਡਰ ਦੇ ਮੁੱਦੇ ਦਾ ਗਿਰੇ ਹੋਣਾ ਗੈਂਗਸਟਰਸ ਦਾ ਬਹੁਤ ਜ਼ਿਆਦਾ ਐਕਟਿਵ ਹੋਣਾ ਔਰ ਫਿਰੋਤੀਆਂ ਦੀ ਕਾਲ ਜਾਣਾ ਇਹ ਸਾਰੇ ਮੁੱਦੇ ਕਿਉਂਕਿ ਇਸ ਤੋਂ ਬਾਅਦ 3-4 ਮਰਡਰ ਇਦਾਂ ਦੇ ਹੋਰ ਹੋਏ ਸੀ ਜਿਹਦੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਦੇ ਉੱਤੇ ਸਵਾਲ ਉੱਠੇ ਸੀਗੇ ਹੁਣ ਇਸ ਮੁੱਦੇ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਉਹਨਾਂ ਨੇ SSPs ਔਰ ਪੁਲਿਸ ਕਮਿਸ਼ਨਰਾਂ ਦੀ ਇੱਕ ਮੀਟਿੰਗ ਕੀਤੀ ਸੀ ਉਸ ਮੀਟਿੰਗ ਦੇ ਵਿੱਚ ਮੋਟੇ ਤੌਰ ਤੇ ਡਰੱਗ ਦੀ ਗੱਲ ਕੀਤੀ ਸੀ
ਪਰ ਗੈਂਗਸਟਰਸ ਦੀ ਵੀ ਗੱਲ ਕੀਤੀ ਸੀ। ਔਰ ਉਸ ਤੋਂ ਬਾਅਦ ਮੁੱਖ ਮੰਤਰੀ ਦਾ ਉਹ ਬਿਆਨ, ਜਦ ਕੋਈ ਚੇਨ ਸਨੈਚਰ ਜਿੱਥੇ ਉਹ ਚੇਨ ਸਨੈਚਿੰਗ ਕਰੇਗਾ ਉਹ ਅਗਲਾ ਚੌਂਕ ਵੀ ਪਾਰ ਕਰ ਪਾਏਗਾ, ਇਹਦੀ ਕੋਈ ਗਰੰਟੀ ਨਹੀਂ। ਔਰ ਕੋਈ ਗੈਂਗਸਟਰ ਫਿਰੌਤੀ ਦੀ ਮੰਗ ਕਰੇਗਾ ਉਹ ਇਸ ਕ੍ਰਾਈਮ ਕਰਕੇ ਉਹ ਅੱਗੇ ਵੱਧ ਪਾਏ, ਇਹਦੀ ਕੋਈ ਗਰੰਟੀ ਨਹੀਂ। ਯਾਨੀ ਇੱਦਾਂ ਦੀ ਕੋਈ ਗਰੰਟੀਆਂ ਮੈਨੂੰ ਨਹੀਂ ਲੱਗਦਾ ਪਹਿਲੇ ਦਿੱਤੀ ਹੋਈ ਸੀ ਜਿਹੜੀ ਉਹਨਾਂ ਨੇ ਹੁਣ ਵਿਦਡਰਾਅ ਕੀਤੀ ਹੈ। ਲੇਕਿਨ ਉਹ ਗਰੰਟੀ ਨਹੀਂ ਵਾਲੀ ਗੱਲ, ਕਿਉਂਕਿ ਜਿਹੜੀ ਪਾਰਟੀ ਗਰੰਟੀਆਂ ਦੀ ਗੱਲ ਕਰਦੀ ਸੀ, ਗਰੰਟੀਆਂ ਦੇਣ ਦੀ ਗੱਲ ਕਰਦੀ ਸੀ, ਐਤਕੀ ਲਾਅ ਐਂਡ ਆਰਡਰ ਦੇ ਮੁੱਦੇ ਦੇ ਉੱਤੇ ਉਹਨਾਂ ਨੇ ਇਹ ਗਰੰਟੀਆਂ ਨਾ ਦੇਣ ਦੀ ਗੱਲ ਕੀਤੀ। ਔਰ ਉਸ ਤੋਂ ਬਾਅਦ ਪਿਛਲੇ ਕੁਛ ਦਿਨਾਂ ਦੇ ਵਿੱਚ ਜੇ ਆਪਾਂ ਕਹੀਏ ਕਿ 4 ਹਫ਼ਤਿਆਂ ਦੇ ਵਿੱਚ 7 ਐਨਕਾਊਂਟਰ ਹੋਏ ਤਕਰੀਬਨ ਰੋਜ਼, 2-3 ਦਿਨ ਤੋਂ ਤਕਰੀਬਨ ਰੋਜ਼ ਇੱਦਾਂ ਦੀ ਖਬਰ ਛਪਦੀ ਹੈ ਵੀ ਐਨਕਾਊਂਟਰ ਹੋ ਗਏ। ਚੰਗੀ ਗੱਲ ਹੈਗੀ ਹੈ, ਲੋਕ ਇਹਦੀ ਸ਼ਲਾਘਾ ਵੀ ਕਰਦੇ ਨੇ। ਔਰ ਖਾਸ ਕਰਕੇ ਅਮਨ ਕਾਨੂੰਨ ਦੇ ਮੁੱਦੇ ਦੇ ਉੱਤੇ ਜੇ ਸਰਕਾਰ ਐਕਟਿਵ ਨਜ਼ਰ ਆਉਂਦੀ ਹੈ, ਔਰ ਇੱਦਾਂ ਦੀ ਐਕਟਿਵਨੈਸ ਜੇ ਡਰੱਗ ਦੇ ਮੁੱਦੇ ਦੇ ਉੱਤੇ ਵੀ ਅੱਗੇ ਚੱਲ ਕੇ ਨਜ਼ਰ ਆਉਂਦੀ ਹੈ ਤੇ ਪਾਰਟੀ ਨੂੰ ਫਾਇਦਾ ਤੇ ਹੋਏਗਾ। ਪਰ ਨਾਲ ਦੇ ਨਾਲ ਇਹ ਵੀ ਇੱਕ ਤਰੀਕੇ ਨਾਲ ਖਤਰਾ ਜਿਹਾ ਲੱਗਦਾ ਹੈ ਕਿ ਜੇ ਤੁਸੀਂ ਕਾਨੂੰਨ ਦੇ ਤੌਰ ਤੇ ਔਰ ਇਸ ਤਰੀਕੇ ਦੇ ਐਨਕਾਊਂਟਰਾਂ ਦੇ ਮੁੱਦੇ ਦੇ ਉੱਤੇ ਪੁਲਿਸ ਨੂੰ ਫ੍ਰੀ ਹੈਂਡ ਦਿੰਦੇ ਹੋ ਤੇ ਉਹਦੇ ਵਿੱਚ ਕਈ ਵਾਰ ਬੇਗੁਨਾਹਾਂ ਦੇ ਖਿਲਾਫ ਵੀ ਕੁਝ ਕਾਰਵਾਈ ਹੋ ਜਾਂਦੀ ਹੈ ਜਿਹਦਾ ਖਮਿਆਜ਼ਾ ਵੀ ਸਰਕਾਰ ਨੂੰ ਹੀ ਭੁਗਤਣਾ ਪੈਂਦਾ ਹੈ। ਔਰ ਮਿਲੀਟੈਂਸੀ ਦੇ ਟਾਈਮ ਵਿੱਚ ਜੋ ਕੁਝ ਹੋਇਆ, ਫੇਕ ਐਨਕਾਊਂਟਰਸ ਦੀ ਗੱਲਾਂ ਹਜੇ ਤੱਕ ਚੱਲ ਰਹੀਆਂ, ਜੇ ਇਹਦੇ ਵਿੱਚ ਇਹ ਗੱਲਾਂ ਅੱਗੇ ਚੱਲ ਕੇ ਨਿਕਲ ਕੇ ਆਈ ਤੇ ਦੇਣੇ ਦੇ ਲੈਣੇ ਪੈ ਜਾਂਦੇ ਆ, ਲੈਣੇ ਦੇ ਦੇਣੇ ਪੈ ਸਕਦੇ ਨੇ, ਇਹ ਵੀ ਸਰਕਾਰ ਨੂੰ ਸੋਚਣਾ ਚਾਹੀਦਾ। ਪਰ ਹਾਂ, ਫਿਲਹਾਲ ਜੋ ਸਰਕਾਰ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ, ਪੰਜਾਬ ਪੁਲਿਸ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ, ਇਹਦੀ ਫਿਲਹਾਲ ਤੇ ਤਾਰੀਫ ਹੋ ਰਹੀ ਹੈ, ਪਰ ਅੱਗੇ ਚੱਲ ਕੇ ਕਿਤੇ ਐਡਵਰਸ ਇੰਪੈਕਟ ਨਾ ਹੋ ਜਾਏ, ਇਹ ਵੀ ਗੱਲ ਸਰਕਾਰ ਨੂੰ ਦੇਖਣੀ ਚਾਹੀਦੀ। ਬਿਲਕੁਲ, ਤੁਸੀਂ ਕਈ ਵਾਰੀ ਇਹਦੇ ਵਿੱਚ ਨਿੱਜੀ ਕਿੜਾ ਕੱਢਣ ਦੇ ਮਾਮਲੇ ਵੀ ਦੇਖ ਲੈਂਦੇ ਹੋ। ਪੁਲਿਸ ਅਫਸਰਾਂ ਦੇ ਵਿੱਚ ਸਾਰੇ ਦੁੱਧ ਧੋਤੇ ਨਹੀਂ ਹੁੰਦੇ। ਖੈਰ, ਇਹਨੂੰ ਬਹੁਤ ਸੰਭਲ ਕੇ ਚੱਲਣ ਦੀ ਲੋੜ ਹੋਊਗੀ ਤੇ ਮੈਨੂੰ ਲੱਗਦਾ ਕਿ ਥੋੜਾ ਡਰ ਤਾਂ ਕਾਇਮ ਹੋਣਾ ਚਾਹੀਦਾ ਪੁਲਿਸ ਦਾ, ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਕਾਨੂੰਨ ਨੂੰ ਹੱਥ 'ਚ ਲੈ ਲਓ। ਆਖਿਰ ਦੇ ਵਿੱਚ ਆਪਾਂ ਚੱਲਦੇ ਹਾਂ, ਭਾਸਕਰ ਸਾਹਿਬ, ਸਵਾਲ ਤਾਂ ਵੈਸੇ ਨੈਸ਼ਨਲ ਪੋਲੀਟਿਕਸ ਦਾ ਵੀ ਥੋੜਾ ਜਿਹਾ ਤੁਸੀਂ ਐਡਰੈਸ ਕਰਦੇ ਹੋ ਤੇ ਮਾਮਲਾ ਜਿਹੜਾ ਇਹ ਥੋੜੀ ਦੇਰ ਪਹਿਲਾਂ ਤੋਂ ਚੱਲਣਾ ਸ਼ੁਰੂ ਹੋਇਆ ਕਿ ਦਾਊਦ ਇਬਰਾਹਿਮ ਜਿਹੜਾ ਇੰਡੀਆ ਨੂੰ ਚਾਹੀਦਾ ਹੈ ਬਹੁਤ ਸਾਰੇ ਕ੍ਰਾਈਮ ਦੇ ਮਾਮਲਿਆਂ ਦੇ ਵਿੱਚ, ਅੰਡਰਵਰਲਡ ਦਾ ਡੌਨ ਮੰਨਿਆ ਜਾਂਦਾ ਹੈ, ਉਹ ਜਿਹੜੇ ਇਲਾਜ ਹੈ ਉਹਨੂੰ ਜ਼ਹਿਰ ਦਿੱਤਾ ਗਿਆ, ਇਸ ਤਰ੍ਹਾਂ ਦੀਆਂ ਕਨਸੋਵਾਂ, ਔਰ ਉਹਦੇ ਕੁੜਮ ਨੂੰ ਵੀ, ਇਹ ਵੀ ਮੰਨਿਆ ਜਾ ਰਿਹਾ ਕਿ ਵੱਡੇ ਕ੍ਰਿਕਟਰ ਉਹ ਵੀ ਇਸ ਤਰ੍ਹਾਂ ਦੀ ਸਥਿਤੀ 'ਚ ਨੇ। ਇਹ ਤਾਂ ਸੱਚ ਕੀ ਆ, ਝੂਠ ਕੀ ਆ, ਜੇ ਥੋੜ੍ਹੀ ਬਹੁਤੀ ਜਾਣਕਾਰੀ ਜੇ ਇੱਧਰ ਉੱਧਰ ਆ ਰਹੀ ਹੋਵੇ, ਹਾਲਾਂਕਿ ਇਹਦੀ ਪੁਸ਼ਟੀ ਕਰਨੀ ਤਾਂ ਬਹੁਤ ਹੀ ਔਖੀ, ਨਾ ਤੁਸੀਂ ਕਰ ਸਕਦੇ ਹੋ ਨਾ ਟੀਵੀ ਰਿਪੋਰਟਾਂ ਤੇ ਕੀਤੀ ਜਾ ਸਕਦੀ ਹੈ, ਪਰ ਗੱਲ ਥੋੜ੍ਹੀ ਜਿਹੀ ਤੋਰ ਦਿਓ। ਇਸ ਗੱਲ ਦੀ ਪੁਸ਼ਟੀ ਹੋਣਾ ਇਸ ਕਰਕੇ ਵੀ ਮੁਸ਼ਕਿਲ ਹੈਗਾ ਕਿ ਪਾਕਿਸਤਾਨ ਨੇ ਕਦੀ ਵੀ ਨਹੀਂ ਮੰਨਿਆ ਕਿ ਦਾਊਦ ਇਬਰਾਹਿਮ ਉੱਥੇ ਰਹਿ ਰਿਹਾ। ਪਰ ਇਹ ਖਬਰਾਂ ਨਿਕਲ ਕੇ ਆ ਰਹੀ ਹੈ ਕਿ 2 ਦਿਨ ਤੋਂ ਦਾਊਦ ਇਬਰਾਹਿਮ ਇੱਕ ਹਸਪੀਟਲ ਦੀ ਇੱਕ ਫਲੋਰ ਦੇ ਵਿੱਚ, ਜਿਸ ਫਲੋਰ ਦੇ ਵਿੱਚ ਸਿਰਫ ਦਾਊਦ ਇਬਰਾਹਿਮ ਹੈ ਔਰ ਉੱਥੇ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਹੈ, ਉਹਨਾਂ ਨੂੰ ਜ਼ਹਿਰ ਦੇਣ ਦੀ ਗੱਲਾਂ ਚੱਲ ਰਹੀ ਹੈ। ਹੁਣ ਨਾਲ ਦੇ ਨਾਲ ਜਾਵੇਦ ਮੀਆਂਦਾਰ ਜਿਹੜੇ ਉਹਨਾਂ ਦੇ ਕੁੜਮ ਨੇ, ਉਹਨਾਂ ਦੇ ਉਹਨੂੰ ਵੀ ਜ਼ਹਿਰ ਦੇਣ ਦੀ ਗੱਲ ਚੱਲ ਰਹੀ ਹੈ। ਜ਼ਹਿਰ ਕਿੰਨੇ ਦਿੱਤਾ, ਕਿਸ ਤਰ੍ਹਾਂ ਦਿੱਤਾ, ਕਿਉਂ ਦਿੱਤਾ, ਇਹ ਗੱਲ ਹਜੇ ਅੱਗੇ ਨਹੀਂ ਵਧੀ। ਪਰ ਫਿਲਹਾਲ ਕਰਾਚੀ ਦੇ ਇੱਕ ਹਸਪੀਟਲ ਦੇ ਵਿੱਚ ਦਾਊਦ ਇਬਰਾਹਿਮ ਪਿਛਲੇ 2 ਦਿਨਾਂ ਦੇ ਵਿੱਚ 2 ਦਿਨਾਂ ਤੋਂ ਇੱਕ ਹਸਪੀਟਲ ਦੇ ਵਿੱਚ ਐਡਮਿਟ ਹੈ, ਇਹਦੀ ਪੁਸ਼ਟੀ ਚਲੋ ਅੱਗੇ ਆਉਣ ਵਾਲੇ ਟਾਈਮ ਵਿੱਚ ਹੋ ਜਾਏ। ਕਈ ਵਾਰ ਇੱਦਾਂ ਦੀ ਖਬਰਾਂ ਦੀ ਪੁਸ਼ਟੀ ਵੀ ਨਹੀਂ ਹੁੰਦੀ, ਕਾਰਨ ਕਿ 2 ਦੇਸ਼ਾਂ ਦਾ ਮਾਮਲਾ ਹੁੰਦਾ ਹੈ। ਜੇ ਦਾਊਦ ਇਬਰਾਹਿਮ ਦੇ ਉੱਥੇ ਪੋਇਜ਼ਨ ਜਾਂ ਇੰਜਰਡ ਜਾਂ ਮਾਰੇ ਜਾਣ ਦੀ ਗੱਲ ਆਉਂਦੀ ਹੈ ਤੇ ਪਾਕਿਸਤਾਨ ਦਾ ਉਹ ਕਲੇਮ ਕਿ ਸਾਡੇ ਕੋਲ ਦਾਊਦ ਇਬਰਾਹਿਮ ਨਹੀਂ ਹੈ, ਉਹ ਵੀ ਕਿਸੇ ਨਾ ਕਿਸੇ ਜਗ੍ਹਾ ਇੱਕ ਇੰਟਰਨੈਸ਼ਨਲ ਮੁੱਦਾ ਬਣਦਾ ਹੈ। ਤੇ ਫਿਲਹਾਲ ਮੋਸਟ ਵਾਂਟਿਡ ਟੈਰਰਿਸਟ ਹੈਗਾ ਦਾਊਦ ਇਬਰਾਹਿਮ, 1993 ਦੇ ਬੰਬ ਬਲਾਸਟ ਦੇ ਵਿੱਚ ਉਹ ਮੁੱਖ ਆਰੋਪੀ ਸੀਗਾ,
ਔਰ ਤਦ ਤੋਂ ਲੈ ਕੇ ਅੱਜ ਤੱਕ ਦਾਊਦ ਇਬਰਾਹਿਮ ਕਿੱਥੇ ਹੈ, ਇਹਦੇ ਉੱਤੇ ਸਵਾਲ ਜਵਾਬ ਤੇ ਹੁੰਦੇ ਰਹੇ, ਇਹਦੇ ਉੱਤੇ ਕਾਊਂਟਰ ਐਲੀਗੇਸ਼ਨ ਜਾਂ ਬਲੇਮ ਜਾਂ ਕਾਊਂਟਰ ਬਲੇਮ ਤੇ ਹੁੰਦਾ ਰਿਹਾ, ਪਰ ਨਾ ਤੇ ਪਾਕਿਸਤਾਨ ਨੇ ਮੰਨਿਆ ਔਰ ਇੰਡੀਆ ਵੀ ਪੁਖਤਾ ਤਰੀਕੇ ਨਾਲ ਇਹ ਗੱਲ ਅੱਗੇ ਤੇ ਵਧਾ ਰਿਹਾ ਸੀਗਾ, ਪਰ ਪਾਕਿਸਤਾਨ ਦੇ ਵਿੱਚ ਜੇ ਉਹਦੇ ਮਾਰੇ ਜਾਣ ਦੀ ਜਾਂ ਉਹਨੂੰ ਜ਼ਹਿਰ ਦੇਣ ਦੀ ਗੱਲ ਸਾਬਿਤ ਹੋ ਜਾਂਦੀ ਹੈ ਤੇ ਇੱਕ ਤਰੀਕੇ ਨਾਲ ਇਹ ਵੀ ਗੱਲ ਸਾਬਿਤ ਹੋ ਜਾਂਦੀ ਹੈ ਕਿ ਪਾਕਿਸਤਾਨ ਨੇ ਉਹਨੂੰ ਸ਼ੈਲਟਰ ਇੰਨੇ ਸਾਲਾਂ ਤੋਂ ਦਿੱਤਾ ਹੋਇਆ ਸੀ। ਔਰ ਜੇ ਨੈਸ਼ਨਲ ਖਬਰਾਂ ਦੀ ਗੱਲ ਕਰਦੇ ਹੋ, ਰਾਜਸਥਾਨ ਦੇ ਵਿੱਚ ਤੇ ਮੱਧ ਪ੍ਰਦੇਸ਼ ਦੇ ਵਿੱਚ ਇੱਕ ਵੱਡੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਬੀਜੇਪੀ ਹਜੇ ਤੱਕ ਉੱਥੇ ਆਪਣੀ ਕੈਬਿਨੇਟ ਨਹੀਂ ਬਣਾ ਪਾਈ। ਕੱਲ ਵੀ ਨੱਡਾ ਸਾਹਿਬ ਦੇ ਘਰ ਮੈਰਾਥਨ ਮੀਟਿੰਗ ਹੋਈ ਵੀ ਕਿਹਨੂੰ ਮੰਤਰੀ ਬਣਾਈਏ ਕਿਹਨੂੰ ਨਾ ਬਣਾਈਏ, ਕਿਉਂਕਿ ਉੱਥੇ ਸ਼ਿਵਰਾਜ ਚੌਹਾਨ ਔਰ ਦੂਜੇ ਪਾਸੇ ਰਾਜਸਥਾਨ ਦੇ ਵਿੱਚ ਵਸੁੰਧਰਾ ਰਾਜੇ ਸਿੰਧੀਆ, ਭਾਵੇਂ ਉਹਨਾਂ ਨੇ ਕੋੜਾ ਘੁੱਟ ਪੀ ਕੇ ਇਸ ਨਵੇਂ ਮੁੱਖ ਮੰਤਰੀਆਂ ਨੂੰ ਐਕਸੈਪਟ ਤੇ ਕਰ ਲਿਆ, ਪਰ ਉਹ ਕੋੜਾ ਘੁੱਟ ਥੱਲੇ ਤੱਕ ਨਹੀਂ ਗਿਆ ਹਜੇ, ਹਜੇ ਵੀ ਉੱਥੇ ਖਤਰਾ ਹੈ ਕਿ ਕੋਈ ਬਗਾਵਤ ਨਾ ਹੋ ਜਾਏ। ਇਸ ਬਗਾਵਤ ਨੂੰ ਦੇਖਦੇ ਹੋਏ ਜਾਂ ਇਸ ਬਗਾਵਤ ਤੋਂ ਬਚਣ ਵਾਸਤੇ ਬੀਜੇਪੀ ਇੱਕ ਮੈਰਾਥਨ ਮੀਟਿੰਗ ਤੋਂ ਬਾਅਦ ਉਸ ਕੈਬਨਿਟ ਦਾ ਫੈਸਲਾ ਕਰੇਗੀ। ਉਮੀਦ ਹੈ ਅੱਜ ਸ਼ਾਮ ਤੱਕ ਕੋਈ ਕੈਬਨਿਟ ਦੇ ਨਵੇਂ ਚਿਹਰੇ ਇਹਨਾਂ ਦੋਨੋਂ ਸੂਬਿਆਂ ਦੇ ਵਿੱਚ ਨਜ਼ਰ ਆਉਣ। ਔਰ ਜੇ ਗੱਲ ਕਰੀਏ ਕਾਂਗਰਸ ਦੀ, ਔਰ ਕਾਂਗਰਸ ਦੀ ਗੱਲ ਕਰਦੇ ਹਾਂ ਤੇ ਕੱਲ ਦੀ ਮੀਟਿੰਗ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਉਸ ਤੋਂ ਪਹਿਲੇ ਫਾਰਮਰ ਫਾਈਨੈਂਸ ਮਿਨਿਸਟਰ ਜਿਹੜੇ ਹੁੰਦੇ ਸੀਗੇ ਦੇਸ਼ ਦੇ, ਪੀ ਚਿਦੰਬਰਮ, ਉਹਨਾਂ ਨੇ ਕੱਲ ਇੱਕ ਬਿਆਨ ਦੇ ਕੇ ਬੀਜੇਪੀ ਦੀ ਸ਼ਲਾਘਾ ਕੀਤੀ ਹੈ ਕਿ ਬੀਜੇਪੀ ਨੂੰ ਕ੍ਰਿਟੀਸਾਈਜ਼ ਕੀਤਾ, ਇਹ ਸਮਝਣਾ ਬੜਾ ਔਖਾ ਹੈ। ਉਹਨਾਂ ਨੇ ਕਿਹਾ ਕਿ ਬੀਜੇਪੀ ਹਰ ਇਲੈਕਸ਼ਨ ਆਪਣਾ ਆਖਰੀ ਇਲੈਕਸ਼ਨ ਦੇ ਤੌਰ ਤੇ ਲੜਦੀ ਹੈ, ਯਾਨੀ ਜਿੱਦਾਂ ਇੱਕ ਸਾਡੇ ਆਮ ਲੋਕਾਂ ਦੇ ਵਿੱਚ ਵੀ ਕਿਹਾ ਜਾਂਦਾ ਹੈ ਜਾਂ ਸਾਡੇ ਜਿਹੜੇ ਬੁੱਧੀਵਾਨ ਬੁੱਧੀਜੀਵੀ ਲੋਕ ਹੈ ਉਹ ਇਹ ਵੀ ਕਹਿੰਦੇ ਆ ਵੀ ਹਰ ਦਿਨ ਨੂੰ ਆਪਣਾ ਆਖਰੀ ਦਿਨ ਦੇ ਤਰੀਕੇ ਨਾਲ ਜੀਓ ਤੇ ਫਿਰ ਜੀਣ ਦਾ ਮਜ਼ਾ ਹੀ ਦੁੱਗਣਾ ਹੋ ਜਾਏਗਾ। ਉਹ ਕਹਿੰਦੇ ਨੇ ਬੀਜੇਪੀ ਫਿਲਹਾਲ 2024 ਦੇ ਇਲੈਕਸ਼ਨ ਨੂੰ ਲੈ ਕੇ ਕਾਫੀ ਅੱਗੇ ਚੱਲ ਰਹੀ ਹੈ। ਇਹ ਇੱਕ ਸੰਦੇਸ਼ ਵੀ ਹੈ ਕੱਲ ਦੀ ਮੀਟਿੰਗ ਤੋਂ ਪਹਿਲੇ ਕਿ ਵੀ ਜੇ ਤੁਸੀਂ ਸੀਟ ਸ਼ੇਅਰਿੰਗ ਦੇ ਮੁੱਦੇ ਦੇ ਉੱਤੇ ਕੋਈ ਰੋਲਾ ਰੱਪਾ ਪਾਇਆ ਤੇ ਬੀਜੇਪੀ ਦਾ ਹੋਊਆ ਪੀ ਚਿਦੰਬਰਮ ਨੇ ਆਪਣੇ ਬਿਆਨ ਦੇ ਰਾਹੀਂ ਖੜਾ ਕੀਤਾ ਹੈ। ਪਰ ਚਲੋ ਕੱਲ ਹੁੰਦਾ ਕੀ ਹੈ, ਇਹ ਬੜਾ ਇੰਟਰਸਟਿੰਗ ਹੋਏਗਾ ਜਦ ਇਹ ਮੀਟਿੰਗ ਖਤਮ ਹੁੰਦੀ ਹੈ, ਉਸ ਤੋਂ ਬਾਅਦ ਹੱਥ ਖੜੇ ਕਰਕੇ ਸਾਰੇ ਸਿਰ ਜੋੜ ਕੇ ਬੈਠਣਗੇ ਜਾਂ ਫਿਰ ਉਹਨਾਂ ਵਿੱਚੋਂ ਕੁਛ ਸਿਰ ਸੁੱਟ ਕੇ ਬੈਠੇ ਹੋਣਗੇ। ਇਹ ਕੱਲ ਦੀ ਮੀਟਿੰਗ ਤੋਂ ਬਾਅਦ ਜਿਹੜਾ ਇੱਕ ਫੋਟੋ ਆਏਗੀ ਨਾ, ਉਹ ਫੋਟੋ ਹੀ ਬਹੁਤ ਕੁਛ ਕਹਿ ਰਹੀ ਹੋਈ। ਚਿਦੰਬਰਮ ਸਾਹਿਬ ਦੇ ਖਿਲਾਫ ਕਈ ਮਾਮਲੇ ਸੀ ਉਹਨਾਂ ਦੇ ਔਰ ਉਹਨਾਂ ਦੇ ਪੁੱਤਰ ਕੀਰਤੀ ਚਿਦੰਬਰਮ ਦੇ ਖਿਲਾਫ, ਔਰ ਕਈ ਵਾਰੀ ਇਸ ਤਰ੍ਹਾਂ ਦੀਆਂ ਸਟੇਟਮੈਂਟਸ, ਜਿੱਦਾਂ ਤੁਸੀਂ ਬੀਤੇ ਸਮੇਂ 'ਚ ਗੁਲਾਮ ਨਬੀ ਆਜ਼ਾਦ ਨੂੰ ਦੇਖਦੇ ਰਹੇ ਹੋ, ਪ੍ਰਣਬ ਮੁਖਰਜੀ ਨੂੰ ਦੇਖਦੇ ਰਹੇ ਹੋ, ਕਈ ਵਾਰੀ ਪੋਲੀਟਿਕਸ ਦੇ ਵਿੱਚ ਗਿਣ ਮਿਥ ਕੇ ਇੱਕ ਵਾਰ ਕੀਤਾ ਜਾਂਦਾ ਹੈ ਆਪਣਿਆਂ ਵੱਲੋਂ, ਤਾਂ ਕਿ ਬਗਾਨਿਆਂ ਨੂੰ ਥੋੜ੍ਹਾ ਜਿਹਾ ਰਾਹਤ ਮਿਲ ਜੇ ਔਰ ਨਾਲ ਆਪਣੇ ਆਪ ਨੂੰ ਵੀ ਰਾਹਤ ਮਿਲ ਜੇ। ਮੈਨੂੰ ਲੱਗਦਾ ਹੈ ਕਿ ਬੀਜੇਪੀ ਨੂੰ ਇਸ ਬਿਆਨ ਦੀ ਕਾਫੀ ਜ਼ਿਆਦਾ ਲੋੜ ਵੀ ਹੋਊਗੀ ਅੱਜ ਦੇ ਦਿਨ 'ਚ, ਕਿਉਂਕਿ ਉਹ ਜੇਤੂ ਰਥ ਤੇ ਸਵਾਰ ਹੈ। ਪ੍ਰਧਾਨ ਮੰਤਰੀ ਹਰ ਦਿਨ ਅੱਗੇ ਨਾਲੋਂ ਕੰਮ ਦੇ ਘੰਟੇ ਵਧਾ ਚੁੱਕੇ ਨੇ, ਔਰ ਤੁਸੀਂ ਬੜੇ ਸਾਰੇ ਉਦਘਾਟਨ ਦੇਖ ਰਹੇ ਹੋ। ਅਸੀਂ ਰਾਮ ਮੰਦਿਰ ਦੇ ਉਦਘਾਟਨ ਦੇ ਵੱਲ ਨੂੰ ਵੱਧ ਰਹੇ ਹਾਂ, ਦੇਸ਼ ਦੇ ਵਿੱਚ ਇੱਕ ਲਹਿਰ ਬਣਾਈ ਜਾ ਰਹੀ ਆ। ਵਿਰੋਧੀ ਖੇਮਿਆਂ 'ਚੋਂ ਜੇ ਇਸ ਤਰ੍ਹਾਂ ਦਾ ਬਿਆਨ ਆ ਜੇ ਤਾਂ ਮੈਨੂੰ ਲੱਗਦਾ ਕਿ ਜਿਹੜੇ ਵਰਕਰ ਹੁੰਦੇ ਆ, ਪਾਰਟੀਆਂ ਦੇ ਵਰਕਰ ਹੁੰਦੇ ਆ, ਉਹਨਾਂ ਦਾ ਮਨੋਬਲ ਲੀਡਰਾਂ ਦਾ ਬਹੁਤ ਵੱਧ ਜਾਂਦਾ ਹੈ। ਸੋ ਚਿਦੰਬਰਮ ਸਾਹਿਬ ਨੇ ਇੱਕ ਤੀਰ ਨਾਲ ਆਪਣੇ ਲਈ ਕੀ ਖੱਟਿਆ, ਆਪਣੀ ਪਾਰਟੀ ਦਾ ਕਿੰਨਾ ਕੁ ਨੁਕਸਾਨ ਕੀਤਾ, ਵਿਰੋਧੀਆਂ ਨੂੰ ਕਿੰਨਾ ਕੁ ਫਾਇਦਾ ਕੀਤਾ, ਇਹ ਹੁਣ ਅੱਗੇ ਗੱਲ ਵੱਧਦੀ ਰਹੂਗੀ। ਇਸ ਬਿਆਨ ਨੂੰ ਮੇਰੇ ਖਿਆਲ ਆਈਟੀ ਵਿੰਗ ਬੀਜੇਪੀ ਦੇ, ਉਹਨਾਂ ਦਾ ਮੀਡੀਆ, ਉਹਨਾਂ ਦੇ ਨਾਲ ਜੁੜੇ ਐਸੋਸੀਏਟਸ ਇਹਨੂੰ ਬਹੁਤ ਅੱਗੇ ਵਧਾਉਣਗੇ, ਕਿਉਂਕਿ ਇਹ ਖਬਰ, ਇਹ ਸੱਚਮੁੱਚ ਖਬਰ ਵਰਗੀ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।